ਹੁਣ ਤੁਹਾਨੂੰ ਲੱਗਦਾ ਵੀ ਇਸ ਚੀਜ਼ ਦਾ ਕਰੇਜ਼ ਹੈਗਾ ਲੋਕਾਂ ਦੇ ਵਿੱਚ? ਬਹੁਤ ਜ਼ਿਆਦਾ, ਕਿਉਂਕਿ ਵਿਦੇਸ਼ਾਂ 'ਚ ਬਹੁਤ ਜ਼ਿਆਦਾ, ਵਿਦੇਸ਼ਾਂ 'ਚ ਬੈਠੇ ਜਿਹੜੇ ਪੰਜਾਬੀ ਆ ਉਹਨਾਂ 'ਚ ਬਹੁਤ ਜ਼ਿਆਦਾ ਨਵਾਈ ਧਵਾਈ ਲਈ ਜਿਹੜੀ ਆ ਫੁਲਕਾਰੀ ਵਰਤੀ ਜਾਂਦੀ ਸੀ, ਬਾਗ ਜਿਹੜਾ ਵਰਤਿਆ ਜਾਂਦਾ ਸੀ, ਜਾਂ ਉੱਪਰ ਤਾਨਣ ਲਈ ਜਦੋਂ ਕੁੜੀ ਜਾਂ ਮੁੰਡੇ ਨੂੰ ਲੈ ਕੇ ਆਈਦਾ ਸੀ ਉਹਦੇ ਲਈ ਜਿਹੜਾ ਫੁਲਕਾਰੀ ਬਾਗ ਵਰਤਿਆ ਜਾਂਦਾ ਸੀ, ਜਾਂ ਕੁੜੀ ਦੀ ਜਦੋਂ ਡੋਲੀ ਪਾਉਂਦੇ ਸੀ ਉਦੋਂ ਉਹਨੂੰ ਬਾਗ ਫੁਲਕਾਰੀ ਦੇ ਕੇ ਜਿਹੜਾ ਉਹਨੂੰ ਡੋਲੀ ਪਾਇਆ ਜਾਂਦਾ ਸੀਗਾ। ਬਿਲਕੁਲ, ਇਹ ਕਰੇਜ਼ ਜਿਹੜਾ ਹੈ ਪੰਜਾਬ ਚੋਂ ਕਦੀ ਨਹੀਂ ਮੁੱਕ ਸਕਦਾ ਕਿ ਜਿਹੜੀ ਪਿਛਲੀ ਪੀੜ੍ਹੀ ਆ ਸਾਡੀ ਉਹ ਹਜੇ ਵੀ ਸੰਭਾਲ ਕੇ ਬੈਠੀ ਆ। ਅਜੋਕੀ ਪੀੜ੍ਹੀ ਦਾ ਮੈਂ ਤਾਂ ਨਹੀਂ ਕਹਿ ਸਕਦੀ, ਕਿਉਂਕਿ ਅਜੋਕੀ ਪੀੜ੍ਹੀ ਨੂੰ ਜੇ ਅਸੀਂ ਦਵਾਂਗੇ ਵਿਰਸੇ ਦੇ ਰੂਪ ਦੇ ਵਿੱਚ ਉਹ ਤਾਂ ਹੀ ਸਾਂਭ ਕੇ ਰੱਖੂਗੀ। ਨਵੇਂ ਮੁੰਡੇ ਕੁੜੀਆਂ ਆਉਂਦੇ ਤੁਹਾਡੇ ਤੋਂ ਮੰਗਣੇ? ਹਾਂਜੀ, ਫੁਲਕਾਰੀ ਬਾਗ ਉਹ ਲੋਹੀਆਂ ਵੀ ਲੈ ਕੇ ਜਾਂਦੇ ਆ ਉੜੇ ਆੜੇ ਵਾਲੀਆਂ, ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਅਲੱਗ ਅਲੱਗ ਤਰੀਕੇ ਦੀਆਂ, ਈਵਨ ਕਿ ਬਾਹਰਲੇ ਵਿਦੇਸ਼ਾਂ ਤੋਂ ਕੁੜੀਆਂ ਆ ਕੇ ਖੱਦਰ ਦੇ ਕਮੀਜ਼ ਖਰੀਦਦੀਆਂ ਜੀ ਸਾਡੇ ਕੋਲ। ਹਾਂਜੀ, ਸੋ ਉਹਨਾਂ ਨੂੰ ਸ਼ੌਂਕ ਆ, ਉਹ ਆਪਣੇ ਉਹ ਆਪਾਂ ਇੱਥੇ ਫੁਲਕਾਰੀ ਸਿਰਫ ਇੱਕ ਖਰੀਦਦੇ ਆ ਆਪਣੇ ਪੰਜਾਬ ਦੇ ਵਿੱਚ, ਉਹ 6-6 7-7 ਅਲੱਗ ਅਲੱਗ ਸੂਟਾਂ ਦੇ ਨਾਲ ਫੁਲਕਾਰੀਆਂ ਬਾਹਰ ਖਰੀਦਦੇ ਆ। ਵਾਹ, ਯੁੱਗ ਮਸ਼ੀਨਰੀ ਦਾ ਆ ਗਿਆ ਹਨਾ, ਲੋਕ ਮਸ਼ੀਨਾਂ ਦੇ ਨਾਲ ਕੰਮ ਕਰਦੇ ਆ, ਤੁਸੀਂ ਹੱਥ ਨਾਲ ਅੱਜ ਵੀ ਕੱਢ ਰਹੇ ਹੋ, ਇਹ ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਟਾਈਮ ਬਹੁਤ ਲੱਗਦਾ ਹੋਏਗਾ? ਮੁਸ਼ਕਲ ਬਹੁਤ ਆ, ਕਿਉਂਕਿ ਇਹਦੇ 'ਚ ਇਹਨੂੰ ਸਮਾਂ 1.5 ਤੋਂ 6 ਮਹੀਨੇ ਵੀ ਬਾਅਦ ਨੂੰ ਖਿੱਚ ਕੇ ਲੈ ਜਾਂਦਾ ਹੈ, ਸਮਾਂ ਕਰਦਾ ਹੈ ਕਿ ਜਿਸ ਤਰ੍ਹਾਂ ਵੀ ਕਿਸੇ ਨੇ ਆਪਣਾ ਹੱਥ ਚਲਾਉਣਾ। ਪਰ ਇਹ ਹੈ ਕਿ ਇਹਦੇ 'ਚ ਮੁਸ਼ਕਲ ਇਹ ਹੈ ਕਿ ਸਾਨੂੰ ਸੇਲਿੰਗ 'ਚ ਬਹੁਤ ਮੁਸ਼ਕਲ ਆਉਂਦੀ ਹੈ ਕਈ ਵਾਰ, ਕਿਉਂਕਿ ਜਿਹੜਾ ਡਿਜ਼ਾਈਨ ਅਸੀਂ ਇੱਕ ਵਾਰੀ ਸੋਸ਼ਲ ਮੀਡੀਆ ਤੇ ਪਾਤਾ ਉਹ ਮਸ਼ੀਨੀਕਰਨ ਦੇ ਨਾਲ ਪਤਾ ਨਹੀਂ ਕਿੱਥੇ 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 ਤੇ ਬਣ ਰਿਹਾ, ਪਰ ਉਹਦੇ 'ਚ ਕੋਈ ਗੁੱਸਾ ਗਿਲਾ ਨਹੀਂ। ਮੈਨੂੰ ਇਹ ਕਹਿ ਸਕਦੀ ਹਾਂ ਕਿ ਉਹ, ਕਿਉਂਕਿ ਉਹ ਹਰ ਇੱਕ ਨੇ ਆਪਣਾ ਰੁਜ਼ਗਾਰ ਚਲਾਉਣਾ, ਕਿਸੇ ਨੇ ਕਾਪੀ ਕਰਕੇ ਚਲਾਉਣਾ। ਜੇ ਮੈਂ ਕਹਾਂ ਮੈਂ ਇਮਾਨਦਾਰੀ ਤੇ ਚੱਲ ਰਹੀ ਹਾਂ ਤੇ ਸਾਰੇ ਨਹੀਂ ਇਮਾਨਦਾਰੀ ਤੇ ਚੱਲਦੇ, ਕਿਸੇ ਨੂੰ ਕੋਈ ਚੀਜ਼, ਜੇ ਮੈਂ ਕਹਾਂ ਇਹ ਚੀਜ਼ 5,000 ਦੀ ਹੈ ਤੇ ਜੇ ਉਹਨੂੰ ਮਸ਼ੀਨੀ ਮੇਡ 500 ਦੀ ਮਿਲ ਰਹੀ ਹੈ ਤੇ ਉਹ ਲਊਗਾ ਹੀ, ਹਰ ਨੇ ਆਪਣੀ ਜੇਬ ਦੇਖਣੀ। ਪਰ ਇਹ ਹੈ ਕਿ ਇਹਦੇ 'ਚ ਮੁਸ਼ਕਲ ਇਹੋ ਹੀ ਆਉਂਦੀ ਹੈ ਕਿ ਲੋਕ ਜਿਹੜਾ ਮਸ਼ੀਨ ਹੱਥ ਦੀ ਕਾਰੀਗਰੀ ਨੂੰ ਮਸ਼ੀਨ ਮੇਡ ਕਰ ਕਰਕੇ ਵੇਚ ਰਿਹਾ, ਤੇ ਬਹੁਤ ਸਾਰੇ ਲੋਕ ਜਿਹੜੇ ਆ ਜਿਸ ਤਰ੍ਹਾਂ ਬਾਹਰੋਂ ਫੋਰਨ ਤੋਂ ਲੋਕ ਆਉਂਦੇ ਆ ਤੇ ਉਹਨਾਂ ਨੂੰ ਇਹੋ ਕਹਿ ਕੇ ਵੇਚ ਦਿੰਦੇ ਆ ਕਿ ਇਹ ਹੱਥ ਦੀ ਆ, ਪਰ ਉੱਥੇ ਸਾਡੇ ਪੰਜਾਬ ਦਾ ਨਾਮ ਵੀ ਖਰਾਬ ਹੁੰਦਾ ਤੇ ਲੋਕਾਂ ਨੂੰ ਜਿਹੜੇ ਫੋਰਨਰਸ ਆ ਉਹਨਾਂ ਨੂੰ ਲੱਗਦਾ ਕਿ ਇੱਥੋਂ ਦੀ ਕੋਈ ਕਲਾ ਹੈ ਹੀ ਨਹੀਂ। ਪਛਾਣ ਕਿੱਦਾਂ ਕਰਾਂਗੇ ਵੀ ਇਹ ਮਸ਼ੀਨ ਦਾ ਤੇ ਪਿੱਛੋਂ ਹੱਥ ਦੀ ਆ? ਇਹ ਡੰਡਾਂ ਤੋਂ ਪਤਾ ਲੱਗ ਜਾਂਦਾ, ਨਿੱਕੇ ਨਿੱਕੇ ਟਾਂਕਿਆਂ ਤੋਂ ਪਤਾ ਲੱਗ ਜਾਂਦਾ, ਮਸ਼ੀਨ ਮੇਡ ਅੱਗੋਂ ਪਿੱਛੋਂ ਜਿਹੜੀ ਆ ਸੇਮ ਹੁੰਦੀ ਹੈ, ਸੇਮ ਹੋਏਗੀ। ਹਾਂਜੀ, ਸੈਲੀਬ੍ਰੇਟ ਵੀ ਤੁਹਾਡੇ ਕੋਲੋਂ ਮਾਸ ਸਮਾਨ ਲੈ ਕੇ ਜਾਂਦੇ ਨੇ, ਕਿਹੜੇ ਕਿਹੜੇ ਸੈਲੀਬ੍ਰੇਟ? ਸਾਡੇ ਕੋਲ ਜਿਸ ਤਰ੍ਹਾਂ ਵਿਦਿਆ ਬਾਲਨ ਨੇ ਸਮਾਨ ਲਿਆ ਹੈ, ਸੋ ਹਾਂਜੀ ਤਾਪਸੀ ਪੰਨੂ ਨੇ ਲਿਆ ਹੈ, ਸੋ ਸਾਡੇ ਕੋਲ ਜਿਹੜੇ ਚੱਲ ਮੇਰਾ ਪੁੱਤ ਦੀ ਪੂਰੀ ਟੀਮ ਹੈ, ਕੁਰਸ਼ਬਦ ਹੋਣੀ, ਅਮਰਿੰਦਰ ਗਿੱਲ ਭਾਈ। ਅੱਛਾ, ਉਹ ਇੱਥੇ ਆ ਕੇ ਖੜਦੇ? ਨਹੀਂ, ਉਹ ਸਾਡੇ ਕੋਲ ਆਨਲਾਈਨ ਮੰਗਵਾ ਲੈਂਦੇ, ਕਿਉਂਕਿ ਸੋਸ਼ਲ ਮੀਡੀਆ ਦੇ ਪੇਜ ਥਰੂ ਆ। ਪਿੱਛੇ ਜੇ ਗੁਰਸ਼ਬਦ ਵੀਰੇ ਦਾ ਬ੍ਰਦਰ ਵੀ ਆਇਆ ਸੀਗਾ ਥੋੜੇ ਦਿਨ ਪਹਿਲਾਂ, 15-20 ਦਿਨ ਹੋ ਗਿਆ। ਸੋ ਇਹ ਸਾਰੇ ਜਿਹੜੇ ਪੰਜਾਬੀ ਇੰਡਸਟਰੀ ਦੇ ਚੰਗੇ ਲੋਕ, ਮੂਸੇ ਵਾਲੇ ਵੀਰ ਨੇ ਵੀ, ਉਹਨਾਂ ਦੇ ਪਰਿਵਾਰ ਨੇ ਵੀ ਖਰੀਦਿਆ। ਹਾਂਜੀ, ਸੋ ਇਹੋ ਜਿਹੇ ਬਹੁਤ ਸਾਰੇ ਜਿਹੜੇ ਆ ਜਿਹੜੇ ਜਿਨ੍ਹਾਂ ਨੂੰ ਮੈਂ ਕਹਾਂ ਜਿਨ੍ਹਾਂ ਨੂੰ ਪੰਜਾਬੀਅਤ ਨਾਲ ਅਸਲੀ ਪਿਆਰ ਸੀ, ਉਹ ਵੀ ਖਰੀਦੀ। ਤੁਹਾਡੇ ਨਾਲ ਗੱਲ ਕਰਦੇ ਆ ਤੁਹਾਡਾ ਮਨ ਕਰਦਾ ਵੀ ਮੈਂ ਇੱਕ ਵਾਰੀ ਮਿਲਾਂ ਉਹਨਾਂ ਨੂੰ, ਜਾਂ ਉਹ ਕਹਿੰਦੇ ਵੀ ਇੱਕ ਵਾਰੀ ਕੁੜੀ ਨੂੰ ਮਿਲਣਾ ਜ਼ਰੂਰ ਹੈ? ਹਾਂ, ਬਹੁਤ ਸਾਰੇ ਜਾਣੇ ਕਹਿੰਦੇ ਆ, ਪਰ ਉਹੀ ਹੈ ਨਾ ਕਿ ਅਸੀਂ ਉਹਨਾਂ ਤੱਕ ਜਿਹੜਾ ਸਾਡੀ ਉਹ ਝਿਜਕੀ ਰਹਿ ਜਾਂਦੀ ਹੈ ਕਿ ਉਹ ਬਹੁਤ ਵੱਡੇ ਆ। ਜਦੋਂ ਸਿੱਧੂ ਮੂਸੇ ਵਾਲੇ ਵੀਰ ਨੇ ਸਾਡਾ ਨਾ ਪੋਸਟ ਪਾਇਆ ਸੀ, ਤੇ ਉਸ ਤੋਂ ਬਾਅਦ 15 ਮਿੰਟ ਬਾਅਦ ਇੱਕ ਕਾਲ ਆਉਂਦੀ ਆ, ਮੈਨੂੰ ਅੱਜ ਵੀ ਉਸ ਗੱਲ ਨਹੀਂ ਭੁੱਲਦੀ, ਤੇ ਉਹਨਾਂ ਨੇ ਕਿਹਾ ਸੀਗਾ ਕਿ ਜੇ ਕੋਈ ਦਬਾਵੇ ਤੇ ਦੱਬਣਾ ਨਹੀਂ ਆ, ਆਪਣੀ ਹਿੰਮਤ ਨਾਲ ਆਪ ਉੱਠਣਾ ਤੇ ਜਿਸ ਤਰ੍ਹਾਂ ਹੋ ਉਸ ਤਰ੍ਹਾਂ ਹੀ ਚੱਲਣਾ। ਇਹ ਸਿੱਧੂ ਨੇ ਕਿਹਾ? ਹਾਂ, ਤੇ ਉਹ ਕਾਲ ਬਸ ਉਹ ਕੱਟ ਗਈ, ਮਤਲਬ ਉਹ ਇੱਕਦਮ ਨਾ ਤੁਹਾਡੇ ਹਜ਼ਾਰਾਂ ਕਾਲਸ ਆਉਂਦੀਆਂ ਜਦੋਂ ਕੋਈ ਵੀ ਸੈਲੀਬ੍ਰਿਟੀ ਤੁਹਾਡਾ ਪੋਸਟ ਕਰਦਾ ਨਾ,
ਹਜ਼ਾਰਾਂ ਕਾਲ ਆਉਂਦੀਆਂ ਪਰ ਉਹ ਆਵਾਜ਼ ਨਾ ਮੈਨੂੰ ਅੱਜ ਵੀ ਨਹੀਂ ਭੁੱਲਦੀ ਕਿਉਂਕਿ ਉਹ ਆਵਾਜ਼ ਕੁੜੀ ਭਾਵੇਂ ਅਨਪੜ ਹੋਵੇ ਪਰ ਉਹ ਜੇ ਉਹ ਘਰ ਉਹ ਚੰਗੀ ਹੋਵੇ ਜਾਂ ਉਹ ਚੰਗੇ ਪਰਿਵਾਰ ਦੀ ਹੋਵੇ ਜਾਂ ਸੁਚੱਜੀ ਹੋਵੇ ਤੇ ਉਹ ਘਰ ਨੂੰ ਬੰਨ ਲੈਂਦੀ ਆ ਤੇ ਕਹਿੰਦੇ ਜੇ ਕੁੜੀ ਪੜ੍ਹੀ ਲਿਖੀ ਵੀ ਹੋਵੇ ਤੇ ਉਹ ਸੁਚੱਜੀ ਆ ਉਹ ਘਰ ਨੂੰ ਬੰਨਣ ਵਾਲੀ ਨਾ ਹੋਵੇ ਤੇ ਉਹ ਬਣਿਆ ਬਣਾਇਆ ਘਰ ਵੀ ਤੋੜ ਦਿੰਦੀ ਆ। ਕਾਟਨ ਤੇ ਫੁਲਕਾਰੀਆਂ ਘਰ ਇਹ ਸਵਾਣੀਆਂ ਪਹਿਲਾਂ ਆਮ ਜਿਸ ਤਰ੍ਹਾਂ ਮੈਂ ਲਈ ਹੋਈ ਆ ਇਹ ਆਮ ਕੰਮ ਕਰਨ ਦੇ ਲਈ ਜਿਹੜੀ ਕਾਟਨ ਦੀ ਫੁਲਕਾਰੀ ਲੈਂਦੇ ਹੁੰਦੇ ਸੀ। ਬਾਹਰ ਖੱਦਰ ਤੇ ਵਿਆਹ ਸ਼ਾਦੀ ਜਾਣਾ ਹੋਵੇ ਤੇ ਉਹ ਖੱਦਰ ਦੇ ਬਾਗ ਫੁਲਕਾਰੀਆਂ ਲੈ ਕੇ ਜਾਂਦੇ ਹੁੰਦੇ ਸੀ। ਉਹਦੇ ਤੋਂ ਨਾ ਇੱਕ ਔਰਤ ਦਾ ਜਿਹੜਾ ਕਹਿ ਸਕਦੇ ਹੋ ਸੁਚੱਜ ਗੁਣਾ ਦਿਖਦਾ ਸੀਗਾ ਕਿ ਇਹ ਔਰਤ ਕਿੰਨੀ ਸੁਚੱਜੀ ਆ ਕਿ ਇਹਨੇ ਜਿਹੜੀ ਚੀਜ਼ ਲਈ ਹੋਈ ਆ ਉਹ ਕਿੰਨੀ ਵੱਖਰੀ ਆ ਜਾਂ ਸੋਹਣੀ ਆ। ਸ਼ੋਲ ਬਾਗ ਫੁਲਕਾਰੀ ਪੱਖੀਆਂ ਝੋਲੇ ਤੇ ਚਲੋ ਆਦਮੀ ਵੀ ਲੈ ਲੈਂਦੇ ਆ ਪਿੱਠੂ ਬੈਗ ਵੀ ਬਣਦੇ ਆ ਸਾਡੇ ਇਹ ਸਾਰੀਆਂ ਚੀਜ਼ਾਂ ਹੱਥ ਨਾਲ ਹੀ ਬਣਦੀਆਂ। ਉੜੇਆੜੇ ਵਾਲੇ ਝੋਲੇ ਉਹਨਾਂ ਤੇ ਨਾਮ ਲਿਖਵਾ ਕੇ ਦੋਵਾਂ ਜੀਆਂ ਦੇ ਜਿਸ ਤਰ੍ਹਾਂ ਤੇ ਉਹ ਕਿਉਂਕਿ ਉਹ ਸੁੱਟਦਾ ਨਹੀਂ ਕੋਈ ਝੋਲਾ ਜਿੱਥੇ ਉੜੇਆੜਾ ਲਿਖਿਆ ਹੋਵੇ ਨਾ ਉਹਨੂੰ ਕੋਈ ਚੀਜ਼ ਸੁੱਟੂਗਾ ਨਹੀਂ ਹਾਂ ਤੇ ਉਹ ਹਰ ਕੁਝ ਜੇ ਕਿਸੇ ਦੇ ਵਿਆਹ ਦਾ ਝੋਲਾ ਤੇ ਉਹ ਕਿਤੋਂ ਮੰਨ ਲਓ ਡੱਬਾ ਆਇਆ ਆਪਾਂ ਸੁੱਟ ਦਿੰਦੇ ਝੋਲਾ ਜਿਹੜਾ ਉਹ ਨਹੀਂ ਸੁੱਟੂਗਾ ਤੇ ਉਹ ਕਿੰਨਾ ਸਿਰ ਸਾਂਭ ਕੇ ਰੱਖੂਗਾ ਕਿ ਇਹ ਹਾਂ ਤੇ ਉਹ ਫਿਰ ਪੰਜਾਬੀ ਬੋਲੀ ਆ ਫਿਰ ਉਹਦੇ ਵਿਆਹ ਦਾ ਵੀ ਯਾਦ ਰਹੂਗਾ ਕਿ ਇਹਦੇ ਵਿਆਹ ਦਾ ਆਇਆ ਵਿਆਹ ਤਾਂ ਬਿਲਕੁਲ ਸਹੀ ਗੱਲ। ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਸੁਰਖਾਬ ਟੀਵੀ ਦੇ ਨਾਲ, ਮੈਂ ਹਾਂ ਗੁਰਦਿਆਲ ਸਿੰਘ ਤੇ ਅਕਸਰ ਜਦੋਂ ਪੰਜਾਬੀ ਸੱਭਿਆਚਾਰ ਦੀ ਬਾਤ ਪਾਉਂਦੇ ਹਾਂ ਤੇ ਪੁਰਾਣਾ ਪੰਜਾਬ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ ਤੇ ਪੁਰਾਣੇ ਪੰਜਾਬ ਦੇ ਵਿੱਚ ਸਾਡੇ ਸੱਭਿਆਚਾਰ ਗੀਤਾਂ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਸਨ ਜਿਵੇਂ ਗਾਉਣ ਵਾਲਾ ਸੂਟ ਦੀ ਤਾਰੀਫ ਕਰਦਾ ਹੈ, ਗਾਉਣ ਵਾਲਾ ਫੁਲਕਾਰੀ ਦੀ ਸਿਫਤ ਕਰਦਾ ਹੈ, ਪਰ ਜਦੋਂ ਇਹ ਫੁਲਕਾਰੀ ਲੈ ਕੇ ਮੁਟਿਆਰ ਗਿੱਧੇ ਦੀ ਰੌਣਕ ਬਣਦੀ ਸੀ ਤਾਂ ਕਦੇ ਨਾ ਕਦੇ ਇੱਕ ਜਿਹਨੂੰ ਕਹਿ ਦਈਏ ਕਿ ਪੰਜਾਬੀ ਸੱਭਿਆਚਾਰ ਦਾ ਵੱਖਰਾ ਆਨੰਦ ਸੀਗਾ। ਸੋ ਅੱਜ ਮੇਰੇ ਨਾਲ ਨੇ ਮੈਡਮ ਮਨਪ੍ਰੀਤ ਜੀ ਜੋ ਫੁਲਕਾਰੀ ਗਰਲ ਦੇ ਨਾਲ ਮਸ਼ਹੂਰ ਨੇ ਸੋਸ਼ਲ ਮੀਡੀਆ 'ਤੇ, ਬਹੁਤ ਸਾਰੇ ਲੋਕ ਇਹਨਾਂ ਨੂੰ ਪਿਆਰ ਕਰਦੇ ਨੇ, ਇਹਨਾਂ ਦੇ ਕੰਮ ਦੀ ਸਿਫਤ ਹੁੰਦੀ ਹੈ ਦੇਸ਼ਾਂ ਵਿਦੇਸ਼ਾਂ ਤੱਕ, ਇਹਨਾਂ ਦਾ ਕੰਮ ਜਿਹੜਾ ਵਾ ਉਹ ਲੋਕ ਪਸੰਦ ਕਰਦੇ ਨੇ ਤੇ ਮੰਗ ਵੀ ਕਰਦੇ ਨੇ। ਤੇ ਨਾਲ ਦੀ ਨਾਲ ਇੱਕ ਹੋਰ ਚੀਜ਼ ਦੱਸ ਦੇਵਾਂ ਕਿ ਬਹੁਤ ਸਾਰੀਆਂ ਭੈਣਾਂ ਨੂੰ ਭੈਣ ਜੀ ਨੇ ਰੁਜ਼ਗਾਰ ਵੀ ਦਿੱਤਾ ਹੈ, ਬਹੁਤ ਵੱਡੀ ਗੱਲ ਹੈ। ਆਓ ਕਰਦੇ ਹਾਂ ਸਵਾਗਤ ਤੇ ਕਰਦੇ ਹਾਂ ਗੱਲਬਾਤਾਂ। ਭੈਣ ਜੀ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਫੁਲਕਾਰੀ, ਫੁਲਕਾਰੀ ਆਪਾਂ ਇੱਕ ਪੰਜਾਬੀ ਸੱਭਿਆਚਾਰ ਦਾ ਅੰਗ ਕਹਿ ਸਕਦੇ ਹਾਂ, ਹਨਾ। ਜੇ ਇਹਦਾ ਆਪਾਂ ਛੋਟੇ ਲਫ਼ਜ਼ਾਂ ਦਾ ਮੀਨਿੰਗ ਸਮਝਣਾ ਹੋਵੇ ਤੇ ਕਿੱਥੋਂ ਸ਼ੁਰੂਆਤ ਕਰਾਂਗੇ? ਫੁੱਲਾਂ ਦੀ ਕਾਰੀ ਹੈ ਜੀ, ਫੁੱਲਾਂ ਦੀ ਕਢਾਈ ਦੇ ਨਾਲ ਕੀਤੀ ਹੋਈ ਤੇ ਉਸ ਚੀਜ਼ ਨੂੰ ਕਹਿ ਦਿੰਦੇ ਆ ਫੁਲਕਾਰੀ, ਜਿਹੜੀ ਜਿਹਦੇ ਤੇ ਆਪਾਂ ਫੁੱਲ ਕੱਢਦੇ ਆ ਫੁੱਲ ਕੱਢਦੇ ਆ ਉਸ ਚੀਜ਼ ਨੂੰ ਫੁਲਕਾਰੀ ਕਹਿ ਦਿੰਦੇ ਆ। ਇਹ ਜ਼ਿਆਦਾਤਰ ਵਿਆਹਾਂ ਸ਼ਾਦੀਆਂ 'ਚ ਇਸ ਚੀਜ਼ ਦਾ ਜ਼ਿਕਰ ਆਉਂਦਾ, ਖਾਸ ਕਰਕੇ ਜਦੋਂ ਜਾਗੋ ਕੱਢੀ ਜਾਂਦੀ ਸੀ ਜਾਂ ਲੇਡੀ ਸੰਗੀਤ ਹੁੰਦਾ ਸੀ, ਹੈਨਾ। ਹੁਣ ਤੁਹਾਨੂੰ ਲੱਗਦਾ ਵੀ ਇਸ ਚੀਜ਼ ਦਾ ਕਰੇਜ਼ ਹੈਗਾ ਲੋਕਾਂ ਦੇ ਵਿੱਚ? ਬਹੁਤ ਜ਼ਿਆਦਾ, ਕਿਉਂਕਿ ਵਿਦੇਸ਼ਾਂ 'ਚ ਬਹੁਤ ਜ਼ਿਆਦਾ, ਵਿਦੇਸ਼ਾਂ 'ਚ ਬੈਠੇ ਜਿਹੜੇ ਪੰਜਾਬੀ ਆ ਉਹਨਾਂ 'ਚ ਬਹੁਤ ਜ਼ਿਆਦਾ ਨਵਾਈ ਧਵਾਈ ਲਈ ਜਿਹੜੀ ਆ ਫੁਲਕਾਰੀ ਵਰਤੀ ਜਾਂਦੀ ਸੀ, ਬਾਗ ਜਿਹੜਾ ਵਰਤਿਆ ਜਾਂਦਾ ਸੀ ਜਾਂ ਉੱਪਰ ਤਾਨਣ ਲਈ ਜਦੋਂ ਕੁੜੀ ਜਾਂ ਮੁੰਡੇ ਨੂੰ ਲੈ ਕੇ ਆਈਦਾ ਸੀ ਉਹਦੇ ਲਈ ਜਿਹੜਾ ਹੈ ਫੁਲਕਾਰੀ ਬਾਗ ਵਰਤਿਆ ਜਾਂਦਾ ਸੀ, ਜਾਂ ਕੁੜੀ ਦੀ ਜਦੋਂ ਡੋਲੀ ਪਾਉਂਦੇ ਸੀ ਉਦੋਂ ਉਹਨੂੰ ਬਾਗ ਫੁਲਕਾਰੀ ਦੇ ਕੇ ਜਿਹੜਾ ਉਹਨੂੰ ਡੋਲੀ ਪਾਇਆ ਜਾਂਦਾ ਸੀਗਾ। ਬਿਲਕੁਲ,
ਸੋ ਇਹ ਕਰੇਜ਼ ਜਿਹੜਾ ਹੈ ਪੰਜਾਬ ਚੋਂ ਕਦੀ ਨਹੀਂ ਮੁੱਕ ਸਕਦਾ ਕਿ ਜਿਹੜੀ ਪਿਛਲੀ ਪੀੜ੍ਹੀ ਹੈ ਸਾਡੀ ਉਹ ਹਜੇ ਵੀ ਸੰਭਾਲ ਕੇ ਬੈਠੀ ਆ। ਅਜੋਕੀ ਪੀੜ੍ਹੀ ਦਾ ਮੈਂ ਤਾਂ ਨਹੀਂ ਕਹਿ ਸਕਦੀ ਕਿਉਂਕਿ ਅਜੋਕੀ ਪੀੜ੍ਹੀ ਨੂੰ ਜੇ ਅਸੀਂ ਦੇਵਾਂਗੇ ਵਿਰਸੇ ਦੇ ਰੂਪ ਦੇ ਵਿੱਚ ਉਹ ਤਾਂ ਹੀ ਸਾਂਭ ਕੇ ਰੱਖੂਗੀ। ਅੱਛਾ, ਨਵੇਂ ਮੁੰਡੇ ਵੀ ਆਉਂਦੇ, ਨਵੇਂ ਮੁੰਡੇ ਕੁੜੀਆਂ ਆਉਂਦੇ ਤੁਹਾਡੇ ਤੋਂ ਮੰਗਣੇ? ਹਾਂਜੀ, ਫੁਲਕਾਰੀ ਬਾਗ, ਉਹ ਲੋਹੀਆਂ ਵੀ ਲੈ ਕੇ ਜਾਂਦੇ ਆ ਉੜੇ ਆੜੇ ਵਾਲੀਆਂ। ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਅਲੱਗ ਅਲੱਗ ਤਰੀਕੇ ਦੀਆਂ, ਈਵਨ ਕਿ ਬਾਹਰਲੇ ਵਿਦੇਸ਼ਾਂ ਤੋਂ ਕੁੜੀਆਂ ਆ ਕੇ ਖੱਦਰ ਦੇ ਕਮੀਜ਼ ਖਰੀਦਦੀਆਂ ਜੀ ਸਾਡੇ ਕੋਲ। ਹਾਂਜੀ, ਸੋ ਉਹਨਾਂ ਨੂੰ ਸ਼ੌਂਕ ਆ, ਉਹ ਆਪਣੇ ਉਹ ਆਪਾਂ ਇੱਥੇ ਫੁਲਕਾਰੀ ਸਿਰਫ ਇੱਕ ਖਰੀਦਦੇ ਆ ਆਪਣੇ ਪੰਜਾਬ ਦੇ ਵਿੱਚ, ਉਹ 6-6 7-7 ਅਲੱਗ ਅਲੱਗ ਸੂਟਾਂ ਦੇ ਨਾਲ ਫੁਲਕਾਰੀਆਂ ਬਾਹਰ ਖਰੀਦਦੇ ਆ। ਵਾਹ। ਅੱਛਾ, ਇੱਕ ਚੀਜ਼ ਹੋਰ ਹੈ ਵੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਇਹ ਕਰੇਜ਼ ਬਹੁਤ ਜ਼ਿਆਦਾ ਵੱਧ ਰਿਹਾ ਹੈ ਨਾ, ਪੁਰਾਣੇ ਲੋਕ ਤੁਸੀਂ ਕਹਿੰਦੇ ਵੀ ਬਾਹਰ ਵਾਲੇ ਲੋਕ ਖੱਦਰ ਪਾਉਂਦੇ ਆ, ਪਰ ਅੱਜ ਕੱਲ ਸਾਡੀਆਂ ਕੁੜੀਆਂ ਤੇ ਬਿਲਕੁਲ ਹੀ ਖਤਮ, ਉਹ ਤੇ ਖੱਦਰ ਨੂੰ ਪਸੰਦ ਹੀ ਨਹੀਂ ਕਰਦੀ। ਹਾਂਜੀ ਹਾਂਜੀ, ਅੱਜ ਕੱਲ ਇੱਥੇ ਕੁੜੀਆਂ ਤੇ ਮਤਲਬ ਪੰਜਾਬ ਦੇ ਵਿੱਚ ਤੇ ਉਹ ਤੇ ਬਹੁਤ ਪਤਲੇ ਕੱਪੜੇ ਮੰਗਦੇ ਕਿ ਅਗਰ ਫੁਲਕਾਰੀ ਵੀ ਹੋਵੇ ਤੇ ਉਹ ਬਹੁਤ ਪਤਲੇ ਕੱਪੜੇ ਤੇ ਹੋਵੇ, ਪਰ ਉਹ ਖੱਦਰ ਤੇ ਹੀ ਸੋਹਣੀ ਲੱਗਦੀ ਹੈ ਜਿਹੜੀ ਚੀਜ਼ ਖੱਦਰ ਤੇ ਜਾਂ ਕਾਟਨ ਤੇ। ਕਾਟਨ ਤੇ ਫੁਲਕਾਰੀਆਂ ਘਰੇ ਸਵਾਣੀਆਂ ਪਹਿਲਾਂ ਆਮ ਜਿਸ ਤਰ੍ਹਾਂ ਮੈਂ ਲਈ ਹੋਈ ਆ, ਇਹ ਆਮ ਕੰਮ ਕਰਨ ਦੇ ਲਈ ਜਿਹੜੀ ਕਾਟਨ ਦੀ ਫੁਲਕਾਰੀ ਲੈਂਦੇ ਹੁੰਦੇ ਸੀ। ਬਾਹਰ ਖੱਦਰ ਤੇ ਵਿਆਹ ਸ਼ਾਦੀ ਜਾਣਾ ਹੋਵੇ ਤੇ ਉਹ ਖੱਦਰ ਦੇ ਬਾਗ ਫੁਲਕਾਰੀਆਂ ਲੈ ਕੇ ਜਾਂਦੇ ਹੁੰਦੇ ਸੀ। ਉਹਦੇ ਤੋਂ ਨਾ ਇੱਕ ਔਰਤ ਦਾ ਜਿਹੜਾ ਕਹਿ ਸਕਦੇ ਹੋ ਸੁਚੱਜ ਗੁਣਾ ਦਿਖਦਾ ਸੀਗਾ ਕਿ ਇਹ ਔਰਤ ਕਿੰਨੀ ਸੁਚੱਜੀ ਆ, ਕਿ ਇਹਨੇ ਜਿਹੜੀ ਚੀਜ਼ ਲਈ ਹੋਈ ਆ ਉਹ ਕਿੰਨੀ ਵੱਖਰੀ ਆ ਜਾਂ ਸੋਹਣੀ ਆ, ਕਿਉਂਕਿ ਉਹ ਸਾਰਾ ਕੰਮ ਹੀ ਆਪਣੇ ਹੱਥਾਂ ਨਾਲ ਕਰਦੀਆਂ ਸੀ। ਜੇ ਸਿਲਾਈ ਹੋ ਗਈ, ਕਢਾਈ ਹੋ ਗਈ, ਉਹਦੇ ਚ ਇੱਕ ਔਰਤ, ਅੱਜ ਕੱਲ ਤੇ ਆਪਾਂ ਵੇਖਦੇ ਹਾਂ ਕੁੜੀ ਇੰਨੀ ਪੜ੍ਹੀ ਲਿਖੀ ਆ ਜਾਂ ਕੁਛ ਵੀ ਆ, ਪਰ ਉਹਦੇ ਚ ਪੰਜਾਬੀ ਇੱਕ ਕੁੜੀ ਦੇ ਵਿੱਚ ਸਾਰਾ ਕੁਛ ਹੀ ਵੇਖਿਆ ਜਾਂਦਾ ਸੀ। ਇਹਨੂੰ ਸਿਲਾਈ ਕਢਾਈ ਆਉਂਦੀ ਹੈ, ਇਹਨੂੰ ਘਰ ਦਾ ਕੰਮ ਆਉਂਦਾ, ਇਹਨੂੰ ਸਫਾਈ ਆਉਂਦੀ ਆ, ਸਾਰਾ ਕੰਮ ਹੀ ਵੇਖਿਆ ਜਾਂਦਾ ਸੀ। ਅੱਜ ਕੱਲ ਅਸੀਂ ਇੱਕ ਸੀਮਤ ਦੇ ਇੱਕ ਔਰਤ ਨੂੰ ਇੱਕ ਸੀਮਤ ਦਾਇਰੇ ਚ ਬੰਨਤਾ ਕਿ ਜੇ ਇੱਕ ਪੜ੍ਹਾਈ ਪੜ੍ਹੀ ਲਿਖੀ ਆ ਜਾਂ ਸੋਹਣੀ ਆ, ਇਹਨਾਂ ਦੋ ਤਰੀਕਿਆਂ ਨਾਲ ਹੀ ਅੱਜ ਕੱਲ ਔਰਤ ਨੂੰ ਜਿਹੜਾ ਵੇਖਿਆ ਜਾਂਦਾ ਹੈ। ਬਾਕੀ ਹੋਰ ਕਿਸੇ ਵੀ ਰੂਪ ਦੇ ਵਿੱਚ ਨਹੀਂ ਵੇਖਿਆ ਜਾਂਦਾ ਕਿ ਉਹ ਇੱਕ ਚੰਗੀ ਇਨਸਾਨ ਵੀ ਆ ਤੇ ਉਹ ਇੱਕ ਘਰ ਨੂੰ ਸੰਭਾਲਣ ਵਾਲੀ। ਬੜੇ ਮੈਂ ਇੱਕ ਮੇਰੀ ਇੰਟਰਵਿਊ ਹੋਈ ਸੀ ਕਿ ਦੂਰਦਰਸ਼ਨ ਤੇ ਉੱਥੇ ਨਾ ਇੱਕ ਬਹੁਤ ਸਾਰੇ ਇੱਕ ਬਜ਼ੁਰਗ ਸੀਗਾ, ਉਹਨਾਂ ਨੇ ਮੈਨੂੰ ਬਹੁਤ ਵਧੀਆ ਗੱਲ ਕਹੀ ਸੀ। ਕਹਿੰਦੇ ਸੀਗੇ ਕਿ ਕੁੜੀ ਭਾਵੇਂ ਅਨਪੜ੍ਹ ਹੋਵੇ, ਪਰ ਉਹ ਜੇ ਉਹ ਘਰ ਉਹ ਚੰਗੀ ਹੋਵੇ ਜਾਂ ਉਹ ਚੰਗੇ ਪਰਿਵਾਰ ਦੀ ਹੋਵੇ ਜਾਂ ਸੁਚੱਜੀ ਹੋਵੇ ਤੇ ਉਹ ਘਰ ਨੂੰ ਬੰਨ ਲੈਂਦੀ ਆ। ਤੇ ਕਹਿੰਦੇ ਜੇ ਕੁੜੀ ਪੜ੍ਹੀ ਲਿਖੀ ਵੀ ਹੋਵੇ ਤੇ ਉਹ ਸੁਚੱਜੀ ਆ, ਉਹ ਘਰ ਨੂੰ ਬੰਨਣ ਵਾਲੀ ਨਾ ਹੋਵੇ ਤੇ ਉਹ ਬਣਿਆ ਬਣਾਇਆ ਘਰ ਵੀ ਤੋੜ ਦਿੰਦੀ ਆ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਇੱਕ ਸਵਾਣੀ ਦਾ ਕਿਰਦਾਰ ਜਿਹੜਾ ਵਾ ਉਹਦੀ ਪਹਿਲੀ ਦਿੱਖ ਤੋਂ ਪਤਾ ਲੱਗਦਾ, ਉਹਦੇ ਕੱਪੜਿਆਂ ਤੋਂ ਪਤਾ ਲੱਗ ਜਾਂਦਾ? ਦਿੱਖ ਤੋਂ ਨਹੀਂ, ਉਹਦੇ ਉਹਦੇ ਨਾਲ ਉਹਦੀ ਗੱਲਬਾਤ ਤੋਂ, ਉਹਦੇ ਉਹਦੇ ਜਿਹੜਾ ਕਹਿ ਸਕਦੇ ਉਹਦੇ ਦਿਮਾਗ ਤੋਂ ਪਤਾ ਲੱਗ ਜਾਂਦਾ, ਕਿਉਂਕਿ ਸਿੰਪਲਸਿਟੀ ਜਿਹੜੀ ਹੈ ਨਾ ਉਹ ਬਹੁਤ ਅੱਜ ਕੱਲ ਵਿਰਲੀ ਮਿਲਦੀ ਆ। ਜਿਹੜਾ ਸਾਦਾਪਨ ਉਹ ਬਹੁਤ ਔਖਾ ਮਿਲਦਾ, ਜਿਹੜਾ ਤੁਹਾਨੂੰ ਅੱਜ ਕੱਲ ਮਾਡਰਨ ਜਾਂ ਮੈਂ ਕਹਾਂ ਜਿਹੜਾ ਲਿਸ਼ਕਿਆ ਪੁਸ਼ਕੀਆਂ ਚੀਜ਼ਾਂ ਉਹ ਤੁਹਾਨੂੰ ਹਰ ਜਗ੍ਹਾ ਮਿਲ ਜਾਂਦੀਆਂ ਤੇ ਲੋਕ ਪ੍ਰਭਾਵਿਤ ਵੀ ਹੁੰਦੇ ਆ। ਆਪਾਂ ਕਹਿ ਲਈਏ ਜੇ ਕਿਸੇ ਵੱਡੇ ਸਟੋਰ ਵੱਲ ਨਾ ਆਪਾਂ ਬਹੁਤ ਭੱਜ ਕੇ ਜਾਂਦੇ ਹਾਂ ਕਿ ਇੱਥੇ ਚੀਜ਼ ਬਹੁਤ ਵਧੀਆ ਹੁੰਦੀ ਆ, ਪਰ ਇਹ ਕਿ ਜਿਹੜੀ ਚੀਜ਼ ਕਿਤੇ ਮੈਂ ਕਹਾਂ ਇੱਕ ਪ੍ਰਸਾਰੀ ਦੀ ਦੁਕਾਨ ਤੋਂ ਮਿਲ ਜਾਣੀ ਹੈ ਉਹਦੇ ਤੋਂ ਮਿਲਣੀ ਹੈ, ਉਹਦੇ ਤੋਂ ਵਧੀਆ ਮੈਂ ਕਹਾਂ ਉਹਦੇ ਕੋਲ ਓਰੀਜਨਲ ਵੀ ਮਿਲ ਸਕਦੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਇੱਕ ਚੀਜ਼ ਹੋਰ ਆ ਵੀ ਯੁੱਗ ਮਸ਼ੀਨਰੀ ਦਾ ਆ ਗਿਆ ਹੈ ਨਾ, ਲੋਕ ਮਸ਼ੀਨਾਂ ਦੇ ਨਾਲ ਕੰਮ ਕਰਦੇ ਆ, ਤੁਸੀਂ ਹੱਥ ਨਾਲ ਅੱਜ ਵੀ ਕੱਢ ਰਹੇ ਹੋ, ਇਹ ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਟਾਈਮ ਬਹੁਤ ਲੱਗਦਾ ਹੋਏਗਾ? ਮੁਸ਼ਕਲ ਬਹੁਤ ਆ ਕਿਉਂਕਿ ਇਹਦੇ ਚ ਇਹਨੂੰ ਸਮਾਂ 1.5 ਤੋਂ 6 ਮਹੀਨੇ ਵੀ ਬਾਅਦ ਨੂੰ ਖਿੱਚ ਕੇ ਲੈ ਜਾਂਦਾ ਹੈ, ਸਮਾਂ ਕਰਦਾ ਹੈ ਕਿ ਜਿਸ ਤਰ੍ਹਾਂ ਵੀ ਕਿਸੇ ਨੇ ਆਪਣਾ ਹੱਥ ਚਲਾਉਣਾ। ਪਰ ਇਹ ਹੈ ਕਿ ਇਹਦੇ ਚ ਮੁਸ਼ਕਲ ਇਹ ਹੈ ਕਿ ਸਾਨੂੰ ਸੇਲਿੰਗ ਚ ਬਹੁਤ ਮੁਸ਼ਕਲ ਆਉਂਦੀ ਹੈ ਕਈ ਵਾਰ, ਕਿਉਂਕਿ
ਜਿਹੜਾ ਡਿਜ਼ਾਈਨ ਅਸੀਂ ਇੱਕ ਵਾਰੀ ਸੋਸ਼ਲ ਮੀਡੀਆ ਤੇ ਪਾਤਾ ਉਹ ਮਸ਼ੀਨੀਕਰਨ ਦੇ ਨਾਲ ਪਤਾ ਨੀ ਕਿੱਥੇ 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 ਤੇ ਬਣ ਰਿਹਾ, ਪਰ ਉਹਦੇ ਚ ਕੋਈ ਗੁੱਸਾ ਗਿਲਾ ਨਹੀਂ। ਮੈਨੂੰ ਇਹ ਕਹਿ ਸਕਦੀ ਆ ਕਿ ਉਹ, ਕਿਉਂਕਿ ਉਹ ਹਰ ਇੱਕ ਨੇ ਆਪਣਾ ਰੁਜ਼ਗਾਰ ਚਲਾਉਣਾ, ਕਿਸੇ ਨੇ ਕਾਪੀ ਕਰਕੇ ਚਲਾਉਣਾ। ਜੇ ਮੈਂ ਕਹਾਂ ਮੈਂ ਇਮਾਨਦਾਰੀ ਤੇ ਚੱਲ ਰਹੀ ਹਾਂ ਤੇ ਸਾਰੇ ਨੀ ਇਮਾਨਦਾਰੀ ਤੇ ਚੱਲ ਰਹੇ। ਕਿਸੇ ਨੂੰ ਕੋਈ ਚੀਜ਼, ਜੇ ਮੈਂ ਕਹਾਂ ਇਹ ਚੀਜ਼ 5000 ਦੀ ਹੈ ਤੇ ਜੇ ਉਹਨੂੰ ਮਸ਼ੀਨੀ ਮੇਡ 500 ਦੀ ਮਿਲ ਰਹੀ ਹੈ ਤੇ ਉਹ ਲਊਗਾ ਹੀ, ਹਰ ਨੇ ਆਪਣੀ ਜੇਬ ਵੇਖਣੀ। ਪਰ ਇਹ ਹੈ ਕਿ ਇਹਦੇ ਚ ਮੁਸ਼ਕਿਲ ਇਹੋ ਹੀ ਆਉਂਦੀ ਹੈ ਕਿ ਲੋਕ ਜਿਹੜਾ ਮਸ਼ੀਨ ਹੱਥ ਦੀ ਕਾਰੀਗਰੀ ਨੂੰ ਮਸ਼ੀਨ ਮੇਡ ਕਰ ਕਰਕੇ ਵੇਚ ਰਿਹਾ, ਤੇ ਬਹੁਤ ਸਾਰੇ ਲੋਕ ਜਿਹੜੇ ਆ ਜਿਸ ਤਰ੍ਹਾਂ ਬਾਹਰੋਂ ਫੋਰਨ ਤੋਂ ਲੋਕ ਆਉਂਦੇ ਆ ਤੇ ਉਹਨਾਂ ਨੂੰ ਇਹੋ ਕਹਿ ਕੇ ਵੇਚ ਦਿੰਦੇ ਆ ਕਿ ਇਹ ਹੱਥ ਦੀ ਆ, ਪਰ ਉੱਥੇ ਸਾਡੇ ਪੰਜਾਬ ਦਾ ਨਾਮ ਵੀ ਖਰਾਬ ਹੁੰਦਾ ਤੇ ਲੋਕਾਂ ਨੂੰ ਜਿਹੜੇ ਫੋਰਨਰਸ ਆ ਉਹਨਾਂ ਨੂੰ ਲੱਗਦਾ ਕਿ ਇੱਥੋਂ ਦੀ ਕੋਈ ਕਲਾ ਹੈ ਹੀ ਨਹੀਂ। ਪਛਾਣ ਕਿੱਦਾਂ ਕਰਾਂਗੇ ਵੀ ਇਹ ਮਸ਼ੀਨ ਦਾ ਤੇ ਪਿੱਛੋਂ ਹੱਥ ਦੀ ਆ? ਇਹ ਡੰਡਾਂ ਤੋਂ ਪਤਾ ਲੱਗ ਜਾਂਦਾ, ਨਿੱਕੇ ਨਿੱਕੇ ਟਾਂਕਿਆਂ ਤੋਂ ਪਤਾ ਲੱਗ ਜਾਂਦਾ। ਮਸ਼ੀਨ ਮੇਡ ਅੱਗੋਂ ਪਿੱਛੋਂ ਜਿਹੜੀ ਆ ਸੇਮ ਹੁੰਦੀ ਹੈ। ਸੇਮ ਹੋਏਗੀ। ਹਾਂਜੀ। ਅੱਛਾ, ਇੱਕ ਚੀਜ਼ ਹੋਰ ਆਪਾਂ ਕੋਸ਼ਿਸ਼ ਕਰਦੇ ਆ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਂ ਵੀ ਖੁਦ ਸਿੱਖਿਆ ਇਹ ਕੰਮ, ਤੇ ਇਹ ਕਦੋਂ ਲੱਗਿਆ ਮਨਪ੍ਰੀਤ ਨੂੰ ਕਿ ਮੈਂ ਤਾਂ ਫੁਲਕਾਰੀ ਵਾਸਤੇ ਬਣੇ ਆ? ਸਾਡੇ ਤੇ ਜਦੋਂ 10ਵੀਂ ਦੇ ਪੇਪਰ ਹੋਏ ਸੀਗੇ, ਮੈਨੂੰ ਯਾਦ ਆ ਮੇਰੇ ਮਦਰ ਨੇ ਸਾਨੂੰ ਚਾਦਰ ਲਿਆ ਕੇ ਦਿੱਤੀ ਸੀ, ਇਹਨੂੰ ਕੱਢੋ ਕਿ ਹੌਲੀ ਹੌਲੀ ਕੱਢੋ, ਇਹਨੂੰ ਸਿੱਖੋ, ਕਿਉਂਕਿ ਛੁੱਟੀਆਂ ਜਦੋਂ 10ਵੀਂ ਦੀਆਂ ਹੁੰਦੀਆਂ, ਜਦੋਂ 2-3 ਮਹੀਨੇ ਦਾ ਤੁਹਾਡੀਆਂ ਛੁੱਟੀਆਂ ਰਿਜ਼ਲਟ ਦਾ ਟਾਈਮ ਹੁੰਦਾ, ਉਦੋਂ ਹੀ ਅਸੀਂ ਜਿਹੜੀਆਂ ਉਹ ਚੀਜ਼ਾਂ ਨੂੰ ਸਿੱਖਿਆ ਸੀਗਾ ਹੌਲੀ ਹੌਲੀ। ਕਿਉਂਕਿ ਇੱਥੇ ਵੀ ਅਸੀਂ ਜੇ ਮੈਂ ਕਹਾਂ ਅੱਜ ਮੈਨੂੰ ਸੋਸ਼ਲ ਮੀਡੀਆ ਥਰੂ ਜਾਂ ਬਹੁਤ ਸਾਰੇ ਲੋਕ ਜਾਣਦੇ ਆ, ਪਰ ਮੈਂ ਹੈ ਤੇ ਇੱਕ ਘਰ ਦੀ ਉਹੀ ਮਤਲਬ ਸਿੰਪਲ ਜੀ ਕੁੜੀ, ਜਿਨ ਅਸੀਂ ਬਹੁਤ ਜ਼ਿਆਦਾ ਉਹਨਾਂ ਲੋਕਾਂ ਚ ਵਿਚਰੇ ਨਹੀਂ, ਬਹੁਤ ਜ਼ਿਆਦਾ ਇਹ ਨਹੀਂ ਹੈ ਕਿ ਕਦੀ ਕਿਸੇ ਦੇ ਘਰੇ ਚਲੇ ਗਏ ਜਾਂ ਕਿੱਦਾਂ ਚਲੇ ਗਏ ਜਾਂ ਸਹੇਲੀਆਂ ਦੇ। ਉਹ ਸਾਡੇ ਲਈ ਉਹੀ ਸੀਗਾ ਕਿ ਸਾਡਾ ਪਰਿਵਾਰ ਹੀ ਸੀਗਾ, ਇੱਕ ਘਰ ਹੀ, ਜਿਹਨੂੰ ਕਹਿੰਦੇ ਨਾ ਸਾਰਾ ਕੁਛ ਇੱਕ ਘਰ ਹੀ ਹੁੰਦਾ, ਤੇ ਉੱਥੇ ਉੱਥੇ ਰਹਿ ਕੇ ਹੀ ਤੁਸੀਂ ਆਪਣੇ ਐਂਟਰਟੇਨਮੈਂਟ ਦੇ ਆਪਣੇ ਮਨ ਪਰਚਾਉਣ ਦੇ ਕਾਰਨ ਲੱਭਣੇ ਆ, ਤੇ ਉਹ ਕਾਰਨ ਫਿਰ ਇਹ ਵੀ ਸੀਗਾ ਕਿ ਤੁਸੀਂ ਕਢਾਈ ਸਿੱਖ ਲਓ, ਕੁਛ ਸਿੱਖ ਲਓ। ਕਿਉਂਕਿ ਮੈਂ ਹਮੇਸ਼ਾ ਇਹ ਗੱਲ ਕਹਿੰਦੀ ਹਾਂ ਕਿ ਜਿਹੜਾ ਤੁਸੀਂ ਨਵਾਂ ਸਕਿੱਲ ਸਿੱਖਦੇ ਹੋ ਉਹ ਤੁਹਾਡੇ ਦਿਮਾਗ ਨੂੰ ਵੀ ਵਧਾਉਂਦਾ, ਭਾਵੇਂ ਕੋਈ ਵੀ ਆ। ਮੈਂ ਕਈ ਵਾਰ ਨਾ ਤੁਸੀਂ ਏਅਰਪੋਰਟਾਂ ਤੇ ਜਾਓ ਤੇ ਤੁਹਾਨੂੰ ਜਿਹੜੇ ਫੋਰਨਰਸ ਲੋਕ ਹੁੰਦੇ ਆ, ਜਿਹੜੇ ਬਾਹਰ ਦੇ ਲੋਕ ਹੁੰਦੇ ਆ, ਉਹ ਤੁਹਾਨੂੰ ਸਲਾਈਆਂ ਬੁਣਦੇ ਦਿਖ ਜਾਣਗੇ, ਤੇ ਅਸੀਂ ਲੋਕ ਉਹ ਚੀਜ਼ਾਂ ਸਾਡੇ ਤੇ ਛੱਡ ਗਏ, ਅਸੀਂ ਤੇ ਉਹ ਕੋਟੀਆਂ ਵੀ ਨਹੀਂ ਪਾਉਂਦੇ। ਉਹ ਇੱਕ ਮੈਂ ਅੱਜ ਵੀ ਮਿਲਣੀ ਆ, ਤੁਸੀਂ ਜੇ ਵੱਡੇ ਵੱਡੇ ਸਟਾਰਸ ਦੀ ਗੱਲ ਕਰੋ, ਆਲੀਆ ਭੱਟ ਵਰਗੀ, ਉਹ ਵੀ ਉਹ ਕੋਟੀਆਂ ਉਹ ਪਾਉਂਦੇ ਆ, ਰਣਵੀਰ ਸਿੰਘ ਵਰਗੇ ਉਹ ਕੋਟੀਆਂ ਉਹ ਪਾਉਂਦੇ ਆ ਹੱਥ ਦੀਆਂ ਬੁਣੀਆਂ, ਤੇ ਅਸੀਂ ਉਹ ਛੱਡ ਗਏ। ਜੇ ਉਹੀ ਕਿੱਤਾ ਉਹਨੂੰ ਕਿੱਤੇ ਦੇ ਰੂਪ ਵਿੱਚ ਕੋਈ ਲੈ ਲੇ, ਕਿੰਨੀ ਸੋਹਣੀ ਚੀਜ਼ ਆ। ਬਿਲਕੁਲ ਬਿਲਕੁਲ, ਅਗਰ ਅਸੀਂ ਦਿਮਾਗ ਹੀ ਲਾ ਲਈਏ ਤੇ ਉਸ ਚੀਜ਼ ਨੂੰ, ਕਿਉਂਕਿ ਆਪਾਂ ਸਾਰੀ ਦਿਹਾੜੀ ਇੰਟਰਨੈਟ ਕਾਲ ਕਰਦੇ ਆ, ਉਹਦੇ ਚ ਅਸੀਂ ਕੀ ਵੇਖਦੇ ਆ, ਇਹਦੀ ਇੰਨੇ ਐ ਤਰੱਕੀ ਕਰ ਲਈ, ਇੰਨੇ ਐ ਤਰੱਕੀ ਕਰ ਲਈ, ਉਹ ਤਰੱਕੀ ਕਰ ਕਿੱਦਾਂ ਰਿਹਾ? ਉਹ ਪਿੱਛੇ ਵੀ ਤੇ ਕੋਈ ਕਾਰਨ ਹੋਊਗਾ, ਕਿਤੇ ਨਾ ਕਿਤੇ ਤੇ ਉਹਨੂੰ ਜ਼ੀਰੋ ਤੋਂ ਸ਼ੁਰੂ ਕੀਤਾ ਹੋਊਗਾ ਤੇ ਫੇਰ ਹੀ ਉਹ 100 ਤੱਕ ਪਹੁੰਚ ਰਿਹਾ ਹੋਊਗਾ। ਜੀ ਜੀ, ਕਈ ਵਾਰੀ ਨਾ ਹੁੰਦਾ ਵੀ ਕੋਈ ਚੀਜ਼ ਤੇ 1-2 ਦਿਨ ਚ ਬਣ ਜਾਂਦੀ ਹੈ ਨਾ। ਹਾਂਜੀ, ਤੁਸੀਂ ਕਹਿ ਰਹੇ ਹੋ ਕਈ ਵਾਰੀ 3-3 ਮਹੀਨੇ ਵੀ ਇੱਕ ਫੁਲਕਾਰੀ ਨੂੰ ਲੱਗ ਜਾਂਦੇ, ਉਹ ਕਈ ਵਾਰੀ ਫਿਰ ਮਨ ਅੱਕਦਾ ਜਾਂ ਨਹੀਂ ਵੀ ਆਹ ਤੇ ਖੜਾ ਨਹੀਂ ਸਕਦੀ ਬਣਦੀ? ਉਹਦੇ ਲਈ ਤੁਹਾਨੂੰ ਬਹੁਤ ਸਬਰ ਚਾਹੀਦਾ, ਸਬਰ ਸਬਰ ਤੁਹਾਡੇ। ਮੈਂ ਤੁਹਾਨੂੰ ਕਹਿੰਦੀ ਹਾਂ ਕਿ ਇਹ ਜਿਹੜੇ ਕੋਈ ਵੀ ਆਰਟ ਹੈ ਨਾ ਜਿਹੜਾ ਤੁਸੀਂ ਸਿੱਖਦੇ ਹੋ, ਉਹ ਤੁਹਾਡੇ ਅੰਦਰ ਆਟੋਮੈਟਿਕਲੀ ਸਬਰ ਦਿੰਦਾ ਹੈ। ਸਾਡੇ ਜਦੋਂ ਵੀ ਤੁਸੀਂ ਕੁਛ ਸਿੱਖਦੇ ਹੋ ਤੇ ਮਤਲਬ ਤੁਹਾਨੂੰ, ਮੰਨ ਲਓ ਕੋਈ ਲੱਕੜ ਦਾ ਕੰਮ ਸਿੱਖ ਰਿਹਾ ਤੇ ਉੱਥੇ ਉਹਨੂੰ ਉਹਦਾ ਬੌਸ ਤੁਹਾਨੂੰ ਬਹੁਤ ਡਾਂਟੂਗਾ, ਪਰ ਜੇ ਉਹ ਤੁਹਾਨੂੰ ਡਾਂਟ ਰਿਹਾ ਸਾਲ ਭਰ ਕਿ ਇੱਥੇ ਆ ਗਲਤੀ, ਇੱਥੇ ਆ ਗਲਤੀ, ਇੱਥੇ ਆ ਗਲਤੀ ਆ, ਤੇ ਫਿਰ ਉਹ ਤੁਸੀਂ ਸਾਲ ਬਾਅਦ ਚੰਗੇ ਪ੍ਰੋਫੈਸ਼ਨਲ ਵੀ ਨਿਕਲ ਕੇ ਆਓਗੇ। ਕਿਉਂਕਿ ਉਹ ਚੀਜ਼ਾਂ ਜਿਹੜੀਆਂ ਸਟਰਗਲ ਜਾਂ ਕੋਈ ਵੀ ਚੀਜ਼ ਜਿਹੜਾ ਹੈ ਉਹ ਤੁਹਾਨੂੰ
ਕਿਤੇ ਨਾ ਕਿਤੇ ਚੰਗਾ ਇਨਸਾਨ ਵੀ ਬਣਾ। ਹਾਂਜੀ, 9 ਸਾਲ ਬਾਅਦ ਮੈਂ ਕਹਾਂ ਕਿ ਜੇ ਮੈਂ ਤੁਸੀਂ ਮੇਰੀਆਂ ਪਹਿਲੀਆਂ ਇੰਟਰਵਿਊਜ਼ ਵੇਖੋ ਤੇ ਮੈਨੂੰ ਲੱਗਦਾ ਸੀਗਾ ਕਿ ਨਹੀਂ ਇੰਨਾ ਚੀਜ਼ਾਂ ਨੂੰ ਇੰਨਾ ਸਬਰ ਨਾ ਨਹੀਂ। ਅੱਜ ਜੇ ਮੈਂ ਉਹ ਬਹੁਤ ਪੇਸ਼ੈਂਸ ਨਹੀਂ ਕਿਸੇ ਦੀ ਗੱਲ ਸੁਣ ਲੈਂਦੀ ਹਾਂ। ਭਾਵੇਂ ਮੇਰਾ ਕਸਟਮਰ ਕਈ ਵਾਰ ਹੁੰਦਾ ਤੁਹਾਡੇ ਕਸਟਮਰ ਤੁਹਾਨੂੰ ਬਹੁਤ ਚੰਗੇ ਰਿਵਿਊਜ਼ ਡਾਂਟਦੇ ਵੀ ਆ ਕਿ ਆਹ ਚੀਜ਼ ਏਦਾਂ ਗਲਤੀ ਹੋ ਗਈ ਆਹ ਚੀਜ਼, ਉੱਥੇ ਤੁਹਾਨੂੰ ਅਸੀਂ ਸੁਣ ਲੈਂਦੇ ਹਾਂ। ਹੁਣ ਉਹ ਪੇਸ਼ੈਂਸ ਵੱਧ ਗਈ ਕਿ ਚਲੋ ਸੁਣ ਲਓ ਕਿੰਨਾ ਕੋਈ, ਜਦੋਂ ਉਹ ਗੱਲ ਆਪਣੀ ਠੰਡੀ ਕਰ ਦੋ ਉਦੋਂ ਆਪਣੀ ਗੱਲ ਵੀ ਰੱਖ ਲਓ। ਜੀ, ਤੁਸੀਂ ਕਹਿ ਰਹੇ ਕਿ ਕੋਈ ਸੈਲੀਬ੍ਰੇਟ ਵੀ ਤੁਹਾਡੇ ਕੋਲੋਂ ਸਮਾਨ ਲੈ ਕੇ ਜਾਂਦੇ ਨੇ, ਕਿਹੜੇ ਕਿਹੜੇ ਸੈਲੀਬ੍ਰੇਟ? ਸਾਡੇ ਕੋਲ ਜਿਸ ਤਰ੍ਹਾਂ ਵਿਦਿਆ ਬਾਲਨ ਨੇ ਸਮਾਨ ਲਿਆ ਹੈ, ਸੋ ਹਾਂਜੀ ਤਾਪਸੀ ਪੰਨੂ ਨੇ ਲਿਆ ਹੈ, ਸੋ ਸਾਡੇ ਕੋਲ ਜਿਹੜੇ ਚੱਲ ਮੇਰਾ ਪੁੱਤ ਦੀ ਪੂਰੀ ਟੀਮ ਹੈ, ਕੁਰਸ਼ਬਦ ਹੋਣੀ, ਅਮਰਿੰਦਰ ਗਿੱਲ ਭਾਜੀ ਇੱਥੇ ਆ ਕੇ ਖੜਦੇ ਨਹੀਂ, ਉਹ ਸਾਡੇ ਕੋਲ ਆਨਲਾਈਨ ਮੰਗਵਾ ਲੈਂਦੇ ਕਿਉਂਕਿ ਸੋਸ਼ਲ ਮੀਡੀਆ ਦੇ ਪੇਜ ਥਰੂ। ਆਹ ਪਿੱਛੇ ਜੇ ਗੁਰਸ਼ਬਦ ਵੀਰੇ ਦਾ ਬ੍ਰਦਰ ਵੀ ਆਇਆ ਸੀਗਾ ਥੋੜੇ ਦਿਨ ਪਹਿਲਾਂ, 15-20 ਦਿਨ ਹੋ ਗਿਆ। ਸੋ ਇਹ ਸਾਰੇ ਜਿਹੜੇ ਪੰਜਾਬੀ ਇੰਡਸਟਰੀ ਦੇ ਚੰਗੇ ਲੋਕ, ਮੂਸੇ ਵਾਲੇ ਵੀਰ ਨੇ ਵੀ, ਉਹਨਾਂ ਦੇ ਪਰਿਵਾਰ ਨੇ ਵੀ ਖਰੀਦਿਆ। ਹਾਂਜੀ, ਸੋ ਇਹੋ ਜਿਹੇ ਬਹੁਤ ਸਾਰੇ ਜਿਹੜੇ ਆ, ਜਿਹੜੇ ਜਿਨ੍ਹਾਂ ਨੂੰ ਮੈਂ ਕਹਾਂ ਜਿਨ੍ਹਾਂ ਨੂੰ ਪੰਜਾਬੀਅਤ ਨਾਲ ਅਸਲੀ ਪਿਆਰ ਸੀ, ਉਹ ਵੀ ਖਰੀਦ ਗਏ। ਅੱਛਾ, ਉਹ ਜੋ ਤੁਹਾਡੇ ਨਾਲ ਗੱਲ ਕਰਦੇ ਆ, ਤੁਹਾਡਾ ਮਨ ਕਰਦਾ ਵੀ ਮੈਂ ਇੱਕ ਵਾਰੀ ਮਿਲਾਂ ਉਹਨਾਂ ਨੂੰ ਜਾਂ, ਉਹ ਕਹਿੰਦੇ ਵੀ ਇੱਕ ਵਾਰੀ ਕੁੜੀ ਨੂੰ ਮਿਲਣਾ ਜ਼ਰੂਰ ਹੈ। ਹਾਂ, ਬਹੁਤ ਸਾਰੇ ਜਾਣੇ ਕਹਿੰਦੇ ਆ, ਪਰ ਉਹੀ ਹੈ ਨਾ ਕਿ ਅਸੀਂ ਉਹਨਾਂ ਤੱਕ ਜਿਹੜਾ ਸਾਡੀ ਉਹ ਝਿਜਕੀ ਰਹਿ ਜਾਂਦੀ ਹੈ ਕਿ ਉਹ ਬਹੁਤ ਵੱਡੇ ਆ, ਸਾਡੀ ਉਹ ਝਿਜਕੀ ਰਹਿ ਜਾਂਦੀ ਹੈ, ਪਰ ਜਦੋਂ ਵੀ ਫੋਨ ਤੇ ਗੱਲ ਹੁੰਦੀ ਹੈ ਤੇ ਸਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ ਹੈ। ਮੈਨੂੰ ਅੱਜ ਵੀ ਯਾਦ ਹੈ ਜਦੋਂ ਸਿੱਧੂ ਮੂਸੇ ਵਾਲੇ ਵੀਰ ਨੇ ਸਾਡਾ ਨਾ ਪੋਸਟ ਪਾਇਆ ਸੀ, ਤੇ ਉਸ ਤੋਂ ਬਾਅਦ 15 ਮਿੰਟ ਬਾਅਦ ਇੱਕ ਕਾਲ ਆਉਂਦੀ ਆ, ਮੈਨੂੰ ਅੱਜ ਵੀ ਉਸ ਗੱਲ ਨਹੀਂ ਭੁੱਲਦੀ, ਤੇ ਉਹਨਾਂ ਨੇ ਕਿਹਾ ਸੀਗਾ ਕਿ ਜੇ ਕੋਈ ਦਬਾਵੇ ਤੇ ਦੱਬਣਾ ਨਹੀਂ ਆ, ਆਪਣੀ ਹਿੰਮਤ ਨਾਲ ਆਪ ਉੱਠਣਾ ਤੇ ਜਿਸ ਤਰ੍ਹਾਂ ਹੋ ਉਸ ਤਰ੍ਹਾਂ ਹੀ ਚੱਲਣਾ। ਇਹ ਸਿੱਧੂ ਨੇ ਕਿਹਾ? ਹਾਂ, ਤੇ ਉਹ ਕਾਲ ਬਸ ਉਹ ਕੱਟ ਗਈ, ਮਤਲਬ ਉਹ ਇੱਕਦਮ ਨਾ ਤੁਹਾਡੇ ਹਜ਼ਾਰਾਂ ਕਾਲਸ ਆਉਂਦੀਆਂ ਜਦੋਂ ਕੋਈ ਵੀ ਸੈਲੀਬ੍ਰਿਟੀ ਤੁਹਾਡਾ ਪੋਸਟ ਕਰਦਾ ਨਾ, ਹਜ਼ਾਰਾਂ ਕਾਲ ਆਉਂਦੀਆਂ, ਪਰ ਉਹ ਆਵਾਜ਼ ਨਾ ਮੈਨੂੰ ਅੱਜ ਵੀ ਨਹੀਂ ਭੁੱਲਦੀ, ਕਿਉਂਕਿ ਉਹ ਆਵਾਜ਼ ਉਸ ਵੀਰੇ ਦੀ ਹੀ ਇਹ ਕਨਫਰਮ ਸੀਗਾ, ਕਿਉਂਕਿ ਉਹ ਤੁਹਾਨੂੰ ਕਿਤੇ ਨਾ ਕਿਤੇ ਜਿਹੜੀ ਸੁਣੀ ਹੁੰਦੀ ਆਵਾਜ਼ ਉਹ ਉਹਨੇ ਨਹੀਂ ਭੁੱਲਦੀ। ਤੇ ਉਹ ਉਸ ਤੋਂ ਬਾਅਦ ਉਹ ਕਾਲ ਹੀ ਨਹੀਂ ਲੱਗੀ, ਉਹ ਫੋਨ ਲੱਗਾ ਹੀ ਨਹੀਂ। ਅਸੀਂ ਬਹੁਤ ਵਾਰ ਟਰਾਈ ਕਰਕੇ ਵੇਖਿਆ ਕਿ ਇਹ ਫੋਨ ਲੱਗ ਜੇ ਜਾਂ ਨਾ, ਉਹ ਲੱਗਾ ਨਹੀਂ। ਉਹ ਚੀਜ਼ ਅੱਜ ਵੀ ਨਹੀਂ ਭੁੱਲਦੀ, ਜਿੱਦਾਂ ਹੋ ਉਦਾਂ ਹੀ ਚੱਲਣਾ। ਕੋਈ ਲੋਕ ਅੰਤ ਤੁਹਾਨੂੰ ਐਕਸੈਪਟ ਉਦਾਂ ਹੀ ਕਰ ਲੈਣਗੇ, ਜੇ ਤੁਸੀਂ ਆਪਣੇ ਆਪ ਨੂੰ ਬਦਲ ਕੇ ਚੱਲੋਗੇ ਤੇ ਲੋਕ ਤੁਹਾਨੂੰ ਨਹੀਂ ਪਸੰਦ ਕਰਨਗੇ। ਜੇ ਜੇ ਉਹ ਕਹਿੰਦੇ ਸੀ ਉਹੀ ਬੜੇ ਜਾਣੇ ਕਹਿ ਦਿੰਦੇ ਆ ਕਿ ਜਿਹੜੀ ਚੀਜ਼ ਜਿੱਦਾਂ ਹੈ ਉਹਨੂੰ ਤੁਸੀਂ ਉੱਦਾਂ ਚਲਾਓ ਤੇ ਬਹੁਤ ਸੋਹਣੀ ਲੱਗਦੀ ਹੈ। ਜੇ ਮੈਂ ਇਹਨੂੰ ਜੇ ਮੈਨੂੰ ਲਹਿੰਗੇ ਨਾ ਤੇ ਚੱਲ ਫੁਲਕਾਰੀ ਲਈ ਜਾਂਦੀ, ਸੂਟ ਨਾ ਫੁਲਕਾਰੀ, ਜੇ ਮੈਂ ਜੀਨਸ ਲਾਣਾ ਵਾਂ ਤੇ ਲੋਕ ਨਹੀਂ ਪਸੰਦ ਕਰਨਗੇ। ਜੇ ਮੈਂ ਤੁਹਾਨੂੰ ਅੱਜ ਸੂਟ ਚ ਦੇਖ ਰਹੀ ਹਾਂ ਤੇ ਲੋਕ ਉਹਨੂੰ ਚੀਜ਼ ਨੂੰ ਰਿਲੇਟ ਕਰ ਪਾਉਣਗੇ, ਕੋਈ ਮੇਰੇ ਤੋਂ ਵੱਡਾ ਵੀ ਰਿਲੇਟ ਕਰ ਪਾਊਗਾ, ਕੋਈ ਮੇਰੇ ਤੋਂ ਛੋਟਾ ਵੀ ਏਦਾਂ ਪਸੰਦ ਕਰੂਗਾ ਕਿ ਹਾਂ ਬਈ ਜੇ ਇਹਨੇ ਲਈ ਹੈ ਤੇ ਮੈਨੂੰ ਕਿਉਂ ਨਹੀਂ, ਮੈਂ ਕਿਉਂ ਨਹੀਂ ਏਦਾਂ ਲੈ ਸਕਦੀ। ਬਿਲਕੁਲ, ਸਾਰਾ ਕੰਮ ਹੱਥਾਂ ਨਾਲ ਹੁੰਦਾ, ਸਾਡਾ ਸਾਰਾ ਕੰਮ ਹੱਥਾਂ ਨਾਲ। ਜੀ, ਇੱਕ ਚੀਜ਼ ਹੋਰ ਆਪਾਂ ਜਾਣਨੀ ਚਾਹਾਂਗੇ, ਇੱਕ ਤਾਂ ਹੋ ਗਈ ਫੁਲਕਾਰੀ, ਹੋਰ ਕਿਹੜੀ ਕਿਹੜੀ ਚੀਜ਼ ਤੁਸੀਂ ਇੱਥੇ ਬਣਾਉਂਦੇ? ਅਸੀਂ ਝੋਲੇ ਉੜੇ ਔਰਤਾਂ ਵਾਸਤੇ ਅਲੱਗ ਤੇ ਲੜਕਿਆਂ ਵਾਸਤੇ, ਅਸੀਂ ਸਿਰਫ ਜੈਂਟਸ ਵਾਸਤੇ ਉਹ ਬਣਾਉਂਦੇ ਆ ਲੋਈਆਂ, ਬਾਕੀ ਸਾਰੇ ਇਹ ਚੀਜ਼ਾਂ ਔਰਤਾਂ ਵਾਸਤੇ, ਜਿਸ ਤਰ੍ਹਾਂ ਸ਼ਾਲ, ਬਾਗ, ਫੁਲਕਾਰੀ, ਪੱਖੀਆਂ, ਝੋਲੇ ਤੇ ਚਲੋ ਆਦਮੀ ਵੀ ਲੈ ਲੈਂਦੇ ਆ, ਉਹ ਪਿੱਠੂ ਬੈਗ ਵੀ ਬਣਦੇ ਆ ਸਾਡੇ, ਇਹ ਸਾਰੀਆਂ ਚੀਜ਼ਾਂ ਹੱਥ ਨਾਲ ਹੀ ਬਣਦੀਆਂ। ਪਿੱਛੇ ਜੇ ਇੱਕ ਚੱਲੀ ਸੀ ਗੱਲਬਾਤ ਵੀ ਕੁੜਤੇ ਪਜਾਮੇ ਦੇ ਨਾਲ ਮੁੰਡੇ ਨਾ ਛੋਲ ਜਿਹਾ ਲੈਣ ਲੱਗ ਪਏ, ਲੋਈਆਂ ਬਣਦੀਆਂ ਹੈ ਨਾ ਉਹ, ਨਹੀਂ ਨਹੀਂ ਉਹ ਇੱਕ ਇਸ ਤਰ੍ਹਾਂ ਦਾ ਡਿਜ਼ਾਈਨ ਫੁਲਕਾਰੀ ਵਰਗਾ ਹੀ। ਹਾਂਜੀ ਹਾਂਜੀ, ਕਦੀ ਉਸ ਤਰ੍ਹਾਂ ਦਾ ਨਹੀਂ ਕਿਸੇ ਆ ਕੇ ਆ ਕੇ ਸਾਡੇ ਕੋਲ ਲੋਈਆਂ ਲੈ ਕੇ ਜਾਂਦੇ ਆ ਮੁੰਡੇ, ਉਹ ਜਿਸ ਤਰ੍ਹਾਂ 20-25 ਜਾਂ ਜਿਸ ਤਰ੍ਹਾਂ ਮਿਲਣੀ ਲਈ ਲੋਈਆਂ ਕਿਸੇ ਨੇ ਲੈ ਲਈਆਂ ਉੜੇ ਵਾਲੀਆਂ, ਉਹ ਲੈ ਕੇ ਜਾਂਦੇ ਮਿਲਣੀ ਵਾਸਤੇ ਵੀ,
ਬਹੁਤ ਸਾਰੀਆਂ ਲੜਕੀਆਂ ਨੂੰ ਤੁਸੀਂ ਰੁਜ਼ਗਾਰ ਵੀ ਦਿੱਤਾ, ਕਿ ਉਹ ਇੱਥੇ ਤੁਹਾਡੇ ਕੋਲ ਸਿੱਖਣ ਆਉਂਦੀਆਂ ਹੈ ਜਾਂ ਘਰ ਘਰ? ਨਹੀਂ, ਅਸੀਂ ਨਾ ਸਾਲ ਬਾਅਦ ਇੱਕ ਟ੍ਰੇਨਿੰਗ ਜਿਹੜੀ ਆ ਦਿੰਨੇ ਆ, ਉਸ ਸਾਲ ਚ ਜਿੰਨੀ 50-60 ਲੇਡੀਜ਼ ਆ ਉਹਨਾਂ ਨੂੰ ਜੋੜਦੇ ਆ ਹਰ ਵਾਰੀ, ਜਿੰਨੀਆਂ ਵੀ 50-60 ਚੋਂ ਸਾਨੂੰ ਮਿਲ ਜਾਣ ਚੰਗੀਆਂ ਕੰਮ ਕਰਨ ਵਾਲੀਆਂ, ਕਿਉਂਕਿ ਸਾਡੇ ਕੰਮ ਨੂੰ ਪੇਸ਼ੈਂਸ ਬਹੁਤ ਚਾਹੀਦਾ। ਇਹ ਇੱਕ ਦਿਨ ਦਾ ਕੰਮ ਨਹੀਂ ਹੈਗਾ, ਜਿਹਦੇ ਅੰਦਰ ਪੇਸ਼ੈਂਸ ਹੈਗਾ ਉਹ ਲੰਮਾ ਸਮਾਂ ਚੱਲਣ ਵਾਲੇ। ਫਿਰ ਅਸੀਂ ਉਹਨਾਂ ਨੂੰ ਘਰਾਂ ਚ ਉਹਨਾਂ ਦੇ ਫੜਾ ਆਉਂਦੇ ਆ, ਕੰਮ ਉੱਥੋਂ ਹੀ ਲੈ ਆਉਂਦੇ ਆ, ਕਿਉਂਕਿ ਇੱਥੇ ਸਾਡੇ ਕੋਲ ਹਜੇ ਇੰਨਾ ਵੱਡਾ ਸੈਟਅਪ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਇੱਥੇ ਬਿਠਾ ਕੇ, ਫਿਰ ਉਹਨਾਂ ਨੂੰ ਇੱਕ ਪ੍ਰੋਪਰ ਟਰਾਂਸਪੋਰਟ ਚਾਹੀਦਾ ਹੈ ਕਿ ਜਿਹੜਾ ਉਹਨਾਂ ਨੂੰ ਲੈ ਕੇ ਆਵੇ, ਛੱਡ ਕੇ ਆਵੇ, ਮਤਲਬ ਇੱਕ ਪ੍ਰੋਪਰ ਚੀਜ਼ ਚਾਹੀਦੀ ਹੈ ਜਿਹਦੇ ਰਾਹੀਂ ਉਹ ਕੰਮ ਕਰਾ ਸਕਦੇ, ਕਿਉਂਕਿ ਹਜੇ ਸਾਡਾ ਵੀ ਐਡਾ ਵੱਡਾ ਸੈਟਅਪ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਮਤਲਬ ਸੈਲਰੀ ਬੇਸਡ ਦੇ ਸਕੀਏ, ਮਤਲਬ ਘਰ ਘਰ ਤੁਸੀਂ ਪਹੁੰਚਾਉਂਦੇ ਹੋ। ਹਾਂਜੀ, ਫਿਰ ਉਹਨਾਂ ਨੂੰ ਫੁਲਕਾਰੀ ਦੇ ਹਿਸਾਬ ਨਾਲ, ਹਾਂਜੀ, ਕਮਿਸ਼ਨ ਹੁੰਦਾ, ਕਮਿਸ਼ਨ ਦੇ। ਹਾਂਜੀ, ਹਾਂ। ਅੱਛਾ, ਤੁਸੀਂ ਇਹ ਟ੍ਰੇਨਿੰਗ ਕਿੱਥੋਂ ਲਈ ਸੀ? ਮੇਰੇ ਮਦਰ ਤੇ ਮੇਰੇ ਦਾਦੀ ਜੀ ਕਰਦੇ ਸੀ, ਮੇਰੇ ਪਹਿਲਾਂ ਦਾਦੀ ਫਿਰ ਮਦਰ, ਤੀਸਰੀ ਪੀੜ੍ਹੀ ਹੋ ਗਈ। ਹਾਂਜੀ, ਐਸਪੀਟੀ ਜੀ। ਲੱਗਦਾ ਹੈ ਨਾਲੇ ਸਮੇਂ ਚ ਅੱਗੇ ਵੀ ਕੰਟੀਨਿਊ ਚੱਲਦਾ ਰਹੇਗਾ। ਹਾਂ ਜੀ, ਪਰਿਵਾਰ ਦਾ ਹੁਣ ਕਿੰਨਾ ਸਾਥ ਹੈ? ਮੇਰੇ ਪਰਿਵਾਰ ਦਾ ਬਹੁਤ ਸਾਥ ਹੈ, ਮੇਰਾ ਭਰਾ ਤੇ ਮੇਰੇ ਮੰਮੀ, ਅਸੀਂ ਇਸ ਕੰਪਨੀ ਚ ਪਾਰਟਨਰ ਵੀ ਆ ਤਿੰਨੇ, ਤੇ ਅਸੀਂ ਤਿੰਨੇ ਬਹੁਤ, ਮਤਲਬ ਬ੍ਰਦਰ ਤੋਂ ਬਿਨਾ ਸਾਰਾ ਸੋਸ਼ਲ ਮੀਡੀਆ ਦਾ ਕੰਮ ਨਹੀਂ ਚੱਲਦਾ, ਮੇਰੇ ਮੰਮੀ ਤੋਂ ਬਿਨਾ ਪਿੰਡਾਂ ਦਾ ਕੰਮ ਨਹੀਂ ਚੱਲਦਾ, ਤੇ ਸੋ ਇਹ ਜਿਹੜਾ ਸਾਰਾ ਸਹਿਯੋਗ ਨਾਲ ਹੀ ਚੱਲ ਸਕਦਾ, ਇਕੱਲੇ ਨਹੀਂ ਤੁਸੀਂ ਚੱਲ ਸਕਦੇ, ਮਤਲਬ ਇੱਕ ਟੀਮ ਵਰਕ ਹੋਣਾ ਚਾਹੀਦਾ, ਨੈਟਵਰਕ ਹੋਣਾ ਚਾਹੀਦਾ, ਜਿਹੜੀ ਟੀਮ ਤੁਹਾਡੀ ਆਲੇ ਦੁਆਲੇ ਦੀ ਆ ਨਾ, ਜਿਹੜੀ ਮੈਂ ਹਮੇਸ਼ਾ ਇਹ ਗੱਲ ਕਹਿੰਦੀ ਹਾਂ, ਜਿਹੜੇ ਟੀਮ ਤੁਹਾਡੇ ਭੈਣ ਭਰਾ ਆ ਤੁਸੀਂ ਉਹਨਾਂ ਨਾਲ ਰਹਿ ਕੇ, ਉਹਨਾਂ ਨਾਲ ਨਾ ਤੁਸੀਂ ਖੁੱਲੇ ਹੁੰਦੇ ਹੋ। ਮੰਨ ਲਓ ਮੈਂ ਕਿਸੇ ਚੀਜ਼ ਤੇ ਮੈਂ ਕਹਾਂ ਬਾਗ ਤੇ ਆ ਫੁੱਲ ਸੋਹਣਾ ਪਿਆ, ਤੇ ਉਹਨਾਂ ਨੇ ਪੜਦੇ ਵੀ ਕਹਿ ਦੇਣਾ ਇੱਥੇ ਆ ਗਲਤ, ਕਿਉਂਕਿ ਉਹ ਤੁਹਾਨੂੰ ਬਿਨਾ ਜਿੱਥੇ ਜਿਹਦੇ ਤੁਸੀਂ ਕਿਸੇ ਹੋਰ ਨਾਲ ਕੰਮ ਕਰਦੇ ਹੋ ਨਾ, ਉਹ ਤੁਹਾਨੂੰ ਬਹੁਤ ਤਰੀਕੇ ਨਾਲ ਕਹਿਣਗੇ ਕਿ ਆਹ ਚੀਜ਼, ਉਹਨਾਂ ਨੂੰ ਥੋੜੀ ਝਿਜਕ ਵੀ ਹੁੰਦੀ ਹੈ, ਪਰ ਨਹੀਂ ਉਹ ਤੁਹਾਡੇ ਆਪਣੇ ਹੁੰਦੇ ਹੋ, ਤੁਹਾਨੂੰ ਸਹੀ ਗਲਤ ਦੀ ਇਹ ਸ਼ੀਸ਼ਾ ਵਿਖਾ ਦਿੰਦੇ ਕਿ ਆਹ ਚੀਜ਼ ਗਲਤ ਆ, ਆਹ ਚੀਜ਼ ਹੀ ਆ। ਅਸੀਂ ਹੁਣ ਤੁਸੀਂ ਮੰਨਣਾ, ਅਸੀਂ 7 ਸਾਲ ਤੋਂ ਸੋਸ਼ਲ ਮੀਡੀਆ ਤੇ ਆ, 9 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ, 7 ਸਾਲ ਤੋਂ ਸੋਸ਼ਲ ਮੀਡੀਆ ਤੇ, ਅਸੀਂ ਹਮੇਸ਼ਾ ਜਿਹੜੀ ਫੁਲਕਾਰੀ ਨੂੰ ਫੁਲਕਾਰੀ ਦੇ ਰੂਪ ਵਿੱਚ ਹੀ ਪਾਇਆ ਹੈ, ਇਹ ਨਹੀਂ ਹੈ ਕਿ ਉਹਨੂੰ ਅਸੀਂ ਕਿਸੇ ਹੋਰ ਤਰੀਕੇ ਨਾਲ ਕਿਸੇ ਜੀਨਸ ਤੇ ਪਾ ਲਈਏ ਜਾਂ ਕੁਛ ਵੀ, ਕਿ ਅਸੀਂ ਵੇਚਣ ਨੂੰ, ਪਰ ਅਸੀਂ ਉਹਨੂੰ ਇਸੇ ਤਰੀਕੇ ਨਾਲ ਸਿਰ ਤੇ ਚੁੰਨੀ ਲੈ ਕੇ ਪਾਇਆ ਤੇ ਲੋਕਾਂ ਨੇ ਉਸ ਤਰ੍ਹਾਂ ਹੀ ਪਸੰਦ ਕੀਤਾ। ਪਸੰਦ ਕੀਤਾ, ਬਿਲਕੁਲ। ਅੱਛਾ, ਇਹਦੀ ਡਿਜ਼ਾਈਨਿੰਗ ਦੀ ਗੱਲ ਕਰੀਏ, ਡਿਜ਼ਾਈਨ ਕਿਤਨਾ ਸਿਲੈਕਟ ਕਰਦੇ ਹੋ, ਕੀ ਕੁਛ ਪਹਿਲਾਂ ਕਾਗਜ਼ ਤੇ ਵਰਕ ਕਰਦੇ ਹੋ? ਹਾਂਜੀ, ਪਹਿਲਾਂ ਕਾਗਜ਼ ਤੇ ਵਰਕ ਕਰਕੇ ਫਿਰ ਉਹਨਾਂ ਨੂੰ ਜਿੰਨਾ ਕੰਬਾਈਨ ਡਿਜ਼ਾਈਨਸ ਹੁੰਦੇ ਆ, ਜਿਸ ਤਰ੍ਹਾਂ 52 ਬਾਗ ਦੇ ਸਾਡੇ ਕੋਲ 52 ਡਿਜ਼ਾਈਨ ਹੁੰਦੇ ਆ, ਉਹਨਾਂ ਨੂੰ ਅਸੀਂ ਕੰਟਰਾਸਟ ਕਰਕੇ ਵੀ ਬਣਾਉਂਦੇ ਆ, ਅਲੱਗ ਅਲੱਗ ਤਰੀਕਿਆਂ ਨਾਲ ਜਿਹੜਾ ਅਸੀਂ ਡਿਜ਼ਾਈਨ ਕਰਦੇ ਆ। ਫਿਰ ਜਿੰਨੀਆਂ ਵੀ ਬਿਲਡਿੰਗਸ ਹੁੰਦੀਆਂ ਉਹਨਾਂ ਚੋਂ ਵੀ ਤੁਹਾਨੂੰ ਪੁਰਾਣੀਆਂ ਜਿਹੜੀਆਂ ਪੁਰਾਣੀਆਂ ਬੂਹੇ ਬਾਰੀਆਂ ਉਹਨਾਂ ਚੋਂ ਬਹੁਤ ਸਾਰੇ ਡਿਜ਼ਾਈਨ ਮਿਲ ਜਾਂਦੇ ਆ, ਉਹਨਾਂ ਨੂੰ ਬਸ ਤੁਸੀਂ ਇਹ ਹੈ ਕਿ ਤੁਸੀਂ ਆਪਣੇ ਡਿਜ਼ਾਈਨ ਚ ਫਿੱਟ ਕਿੱਦਾਂ ਕਰਨਾ, ਉਹਨਾਂ ਡਿਜ਼ਾਈਨਾਂ ਤੇ ਵੀ ਤੁਸੀਂ ਕੰਮ ਕਰ ਸਕਦੇ ਡਿਜ਼ਾਈਨ ਵੀ। ਅੱਛਾ, ਇਹਦੇ ਜੇ ਮਟੀਰੀਅਲ ਦੀ ਗੱਲ ਕਰੀਏ, ਕੋ ਧਾਗਾ ਸਪੈਸ਼ਲ ਹੁੰਦਾ ਕਿ ਜਾਂ ਆਮ ਦਾ ਧਾਗਾ? ਰੇਸ਼ਮ ਦਾ ਆਮ ਨਹੀਂ ਮਿਲਦਾ, ਇਹ ਰੇਸ਼ਮ ਦਾ ਧਾਗਾ ਹੁੰਦਾ ਜਿਹੜਾ ਕਿ ਖਿਸਕਦਾ, ਜਦੋਂ ਮਤਲਬ ਮੰਨ ਲਓ ਤੁਸੀਂ ਫੜਦੇ ਹੋ ਤੇ ਉਹ ਜ਼ਿਆਦਾ ਖਿਸਕਦਾ ਵੀ ਹੱਥੋਂ, ਉਹ ਇਹ ਹੈ ਕਿ ਤੁਹਾਨੂੰ ਉਹਦੇ ਤੇ ਐਕਸਪਰਟ ਹੋਣਾ ਪੈਂਦਾ, 1-2 ਮਹੀਨੇ ਲਾ ਕੇ ਫੇਰ ਇਹ ਧਾਗਾ ਤੁਹਾਡੇ ਕੋਲ ਸੈੱਟ ਹੁੰਦਾ ਹੈ। ਇਹ ਮਤਲਬ ਇਹ ਕਿੱਥੋਂ ਮਿਲਦਾ ਤੁਹਾਨੂੰ ਮਟੀਰੀਅਲ? ਇਹ ਜਿਹੜਾ ਇਹ ਅਸੀਂ ਜ਼ਿਆਦਾਤਰ ਦਿੱਲੀਓਂ ਲੈ ਕੇ ਆਉਂਦੇ ਹਾਂ, ਮਤਲਬ ਫੈਕਟਰੀਜ਼ ਚੋਂ, ਪਰ ਇਹ ਹੈ ਕਿ ਇੱਧਰ ਪੰਜਾਬ ਚ ਨਹੀਂ ਮਿਲਦਾ। ਹਾਂਜੀ। ਅੱਛਾ, ਖੁਸ਼ ਹੋ ਆਪਣੀ ਜ਼ਿੰਦਗੀ ਤੋਂ ਵੀ ਜੋ ਮੈਂ ਕਮਾਉਣਾ ਚਾਹੁੰਦੀ ਹਾਂ, ਜੋ ਮੈਂ ਕਰਨਾ ਚਾਹੁੰਦੀ ਹਾਂ, ਉਹ ਤੋਂ ਸੰਤੁਸ਼ਟੀ ਹੈਗੀ? ਹਾਂਜੀ, ਸੰਤੁਸ਼ਟੀ ਹੈ ਜ਼ਿੰਦਗੀ ਚ, ਮਤਲਬ ਇਹ ਹੈ ਕਿ ਜਿੰਨਾ ਵੀ ਕੀਤਾ
ਆਪਣੇ ਆਪ ਤੇ ਕੀਤਾ, ਇਹ ਸੰਤੁਸ਼ਟੀ ਹੈ ਕਿ ਆਪਣੇ ਆਪ ਤੇ ਉੱਠ ਕੇ ਇੱਥੋਂ ਤੱਕ ਆਇਆ ਤੇ ਕਿਸੇ ਕੋ ਬਿਨਾਂ ਲੋਨਸ ਤੋਂ ਬਿਨਾਂ ਕਿਸੇ ਦੀ ਮਦਦ ਤੋਂ ਆਪਣੇ ਆਪ ਤੇ ਕੰਮ ਕਰਨਾ, ਇਹ ਜ਼ਿੰਦਗੀ ਦੀ ਸਭ ਤੋਂ ਵੱਡੀ ਸੰਤੁਸ਼ਟੀ ਹੈ ਕਿ ਕੁਛ ਕੀਤਾ ਹੈ, ਦੁਨੀਆਂ ਨੂੰ ਉਹਦਾ ਆਊਟਪੁੱਟ ਦਿੱਤਾ ਹੈ, ਜੇ ਪੜ੍ਹੇ ਲਿਖੇ ਆ ਜਾਂ ਕੁਛ ਵੀ ਕੀਤਾ ਜ਼ਿੰਦਗੀ ਚ ਉਹਦਾ ਆਊਟਪੁੱਟ ਦਿੱਤਾ ਹੈ। ਜੇ ਹੈ ਕਿ ਅਸੀਂ ਸਿੰਪਲ ਪਰਿਵਾਰਾਂ ਦੇ ਆ ਤੇ ਉੱਥੋਂ ਉੱਠ ਕੇ ਮੈਂ ਕਹਾਂ 2% ਹੀ ਕੀਤਾ ਹੈ, ਪਰ ਕੁਛ ਤੇ ਕੀਤਾ ਹੈ ਜ਼ਿੰਦਗੀ ਚ। ਇਹ ਨਹੀਂ ਹੈ ਕਿ ਅਸੀਂ ਸਿਰਫ ਉਸੇ, ਬਹੁਤ ਸਾਰੀਆਂ ਮੈਂ ਕੁੜੀਆਂ ਨੂੰ ਵੇਖਦੀ ਹਾਂ ਉਸੇ ਕ੍ਰਾਈਟੀਰੀਆ ਨੂੰ ਫੋਲੋ ਕਰਨਾ, ਠੀਕ ਹੈ ਵਿਆਹ ਕੱਲ ਨੂੰ ਸਾਡਾ ਵੀ ਹੋਣਾ, ਪਰ ਇੱਕ ਇੱਕ ਤਰੀਕਾ ਹੁੰਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਵੀ ਕੁਛ ਦੇਣ ਦੇ ਕੇ ਜਾਓ, ਕਿ ਤੁਸੀਂ ਇਹ ਸਮਝੋ ਕਿ ਅਸੀਂ ਵੀ ਕੁਛ ਕਮਾਇਆ ਹੈ ਆਪਣੇ ਹਿੱਸੇ ਦਾ। ਹੁਣ ਜੇ ਮੈਂ ਕਹਾਂ ਮੈਂ ਇੱਥੇ 7-8 ਸਾਲ ਕਮਾਇਆ ਤੇ ਜੇ ਮੈਂ ਕੱਲ ਨੂੰ ਵਿਆਹ ਤੋਂ ਬਾਅਦ, ਮੈਨੂੰ ਆਪਣੇ ਆਪ ਨੂੰ ਅਜੀਬ ਲੱਗੂਗਾ ਕਿ ਮੈਂ ਖਾਲੀ ਹਾਂ। ਹਾਂ, ਉਹ ਫਿਰ ਨਾ ਉਹ ਤੁਹਾਨੂੰ ਆਪਣੇ ਆਪ ਜ਼ਿੰਦਗੀ ਚ ਰਹਿੰਦਾ ਕਿ ਮੈਂ ਜੇ ਇੰਨਾ ਕਮਾਇਆ ਤੇ ਫਿਰ ਮੈਂ ਹੁਣ ਕਿਉਂ ਖਾਲੀ ਹਾਂ। ਉਹ ਫਿਰ ਤੁਹਾਡੇ ਅੰਦਰ ਜਨੂੰਨ ਰਹਿੰਦਾ ਸਾਰੀ ਉਮਰ ਕੀ ਕੁਛ ਕਰਨ ਦਾ, ਕੁਛ ਆਪਣੇ ਆਪ ਤੇ ਬਿਨਾ। ਮੈਂ ਹਮੇਸ਼ਾ ਕੁੜੀਆਂ ਨੂੰ ਨੀ ਕਹਿੰਦੀ ਹੈ ਕਿ ਤੁਸੀਂ ਜੇ 17-18 ਸਾਲ ਦੀ ਹੋ ਕੋਈ ਕੰਮ ਹੀ ਕਰੋ, ਥੋੜਾ ਬਹੁਤਾ ਹੀ ਕਰੋ, ਜਿਹੜਾ ਤੁਹਾਡੇ 2-3 ਹਜ਼ਾਰ ਰੁਪਇਆ ਨਾ ਤੁਸੀਂ ਆਪਣੇ ਮਾਂ ਪਿਓ ਤੋਂ ਨਾ ਮੰਗੋ। ਹੁਣ ਫੋਰਨ ਬਾਹਰ ਦੇ ਬੱਚੇ ਉਹ ਸਵਾਲ ਇੱਥੇ ਕਰ ਲੱਗਾ ਵੀ ਕੁੜੀਆਂ ਅੱਜ ਕੱਲ ਪੜ੍ਹ ਕੇ ਐਲਐਸ ਕਰੋ ਤੇ ਬਾਹਰ ਜਾਓ। ਬਾਹਰ ਦੇ ਬੱਚੇ ਵੀ ਤੇ ਅਸੀਂ ਇਹੋ ਕਰਦੇ ਆ, ਉਹ ਵੀ ਤੇ ਬਾਹਰ ਜਾ ਕੇ ਆਪਣੇ ਆਪ ਤੇ ਨਿਰਭਰ, ਫਿਰ ਇੱਥੇ ਕਿਉਂ ਨੀ ਅਸੀਂ ਥੋੜੀ ਕੋਸ਼ਿਸ਼ ਕਰਦੇ, ਅਸੀਂ ਇੱਥੇ ਕਿਉਂ ਮਤਲਬ ਮਾਂ ਪਿਓ ਤੇ ਜਾਂ ਆਪਣੇ ਹਸਬੈਂਡ ਤੇ ਡਿਪੈਂਡ ਹੈ ਕਿ ਉਹ ਹੀ ਸਾਨੂੰ 5000 ਵਾਲਾ ਸੂਟ ਲੈ ਕੇ ਦੇਵੇ, ਅਸੀਂ ਕਿਉਂ ਨੀ ਉਹਦੀ। ਹੁਣ ਕਈ ਪਰਿਵਾਰ ਆ ਮੇਰੇ ਨਾਲ ਇਹੋ ਜਿਹੇ ਜੁੜੇ, ਦੋਵੇਂ ਜੀ ਕੰਮ ਕਰਦੇ ਆ ਤੇ ਉਹਨਾਂ ਦੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਚੱਲਦਾ। ਜੇ ਤੁਸੀਂ ਦੋਵੇਂ ਜੀ ਕੰਮ ਕਰੋਗੇ ਜਾਂ ਤੁਸੀਂ ਆਪਣੇ ਮਾਂ ਪਿਓ ਦਾ ਸਾਥ ਦਓਗੇ ਤੇ ਉਹਨਾਂ ਦੇ ਵੀ ਹੱਥ ਥੋੜਾ ਸੌਖਾ ਹੋ ਜਾਂਦਾ, ਉਹਨਾਂ ਨੂੰ ਵੀ ਲੱਗਦਾ ਕਿ ਸਾਡਾ ਬੱਚਾ ਕਰਨ ਡਿਆ, ਇਹਨੇ ਕਰ ਲੈਣਾ। ਬਿਲਕੁਲ। ਮਰਦ ਨਹੀਂ ਕਰਦੇ, ਪਰ ਮੈਂ ਇਹ ਕਹਿੰਦੀ ਕਿ ਜੇ ਉਹ ਆਪਣਾ ਕੰਮ ਕਰ ਰਹੇ, ਤੁਸੀਂ ਕਢਾਈ ਦਾ ਕਰ ਰਹੇ ਹੋ ਤੇ ਤੁਸੀਂ ਉਹਨਾਂ ਨਾਲ ਸਾਥ ਤੇ ਦੇ ਸਕਦੇ, ਕਿਉਂਕਿ ਅੱਜ ਕੱਲ ਜਿੰਨੀ ਮਹਿੰਗਾਈ ਹੈ, ਤੁਸੀਂ ਜੇ ਦੋਵੇਂ ਜੀ ਵਧੀਆ ਤਰੀਕੇ ਨਾਲ ਦੋਸਤ ਬਣ ਕੇ ਜ਼ਿੰਦਗੀ ਚ ਚੱਲੋਗੇ ਤੇ ਵਧੀਆ ਤਰੀਕੇ ਨਾਲ ਜ਼ਿੰਦਗੀ ਲੰਘ ਜਾਂਦੀ ਹੈ। ਜੇ ਉਹੀ ਆਪਾਂ ਇੱਕ ਇਨਸਾਨ ਤੇ ਨਿਰਭਰ ਰਹਿ ਜਾਈਏ ਨਾ, ਖੁਸ਼ੀਆਂ ਜਾਂ ਕੋਈ ਵੀ ਚੀਜ਼ ਆਪਾਂ ਇੱਕ ਇਨਸਾਨ ਤੇ ਕਦੀ ਨਿਰਭਰ ਨਹੀਂ ਰਹਿ ਸਕਦੇ, ਕਿਉਂਕਿ ਕਿਤੇ ਨਾ ਕਿਤੇ ਜੇ ਉਹ ਇਨਸਾਨ ਪਲਟੀ ਮਾਰਦਾ ਤੇ ਤੁਹਾਡਾ ਤੁਹਾਨੂੰ ਜ਼ਿਆਦਾ ਦੁੱਖ ਲੱਗਦਾ। ਸੋ ਇਹ ਸ਼ੁਰੂ ਤੋਂ ਹੀ ਆਪਣੇ ਆਪ ਤੇ ਨਿਰਭਰ ਰਹਿਣ ਦੀ ਕੋਸ਼ਿਸ਼ ਕਰਨ ਜੀ, ਯਾਨੀ ਆਪਾਂ ਨਿਰਭਰ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਹਾਂ, ਬਹੁਤ ਇਮੋਸ਼ਨਲੀ ਵੀ, ਫਾਈਨੈਂਸ਼ੀਅਲੀ ਵੀ, ਦੋਵੇਂ ਤਰੀਕੇ ਨਾਲ। ਇਹ ਨਹੀਂ ਹੈ ਕਿ ਅਸੀਂ ਇਹ ਕਹਦੇ ਕਿ ਜੇ ਮੈਨੂੰ ਅੱਜ ਫਲਾਣੇ ਨਾਲ ਗੱਲਾਂ ਕਰਨ ਨੂੰ ਮੌਕਾ ਨਹੀਂ ਮਿਲਿਆ ਤੇ ਮੇਰਾ ਦੇਣੇ ਨਹੀਂ ਲੱਗਣਾ। ਬਿਲਕੁਲ ਸਹੀ ਹੈ, ਸਹੀ ਹੈ। ਇਹ ਹੈ ਕਿ ਤੁਸੀਂ ਆਪਣੇ ਆਪ ਤੇ ਰੋਜ਼ ਨਵੀਂ ਕੋਸ਼ਿਸ਼ ਕਰੋ, ਰੋਜ਼ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ, ਹੌਲੀ ਹੌਲੀ ਕਿਸੇ ਦਿਨ ਤੇ ਰੱਬ ਨੂੰ ਵੀ ਆਊਗਾ ਕਿ ਹਾਂ ਬਈ ਮਿਹਨਤ ਕਰ ਰਹੇ ਹਾਂ, ਫਲ ਤੇ ਦੇਣਾ ਹੈ। ਹਾਂਜੀ, ਕਿਸੇ ਨਾ ਜੀ, ਅਖੀਰ ਵਿੱਚ ਉਹਨਾਂ ਭੈਣਾਂ ਨੂੰ ਇੱਕ ਮੈਸੇਜ ਜਿਹੜੀ ਤੁਹਾਡੇ ਨਾਲ ਜੁੜਨਾ ਚਾਹੁੰਦੀਆਂ ਤੇ ਘਰੇਲੂ ਕਿੱਤੇ ਦੇ ਨਾਲ ਹੋਰ ਵੀ ਜੁੜਨਾ ਚਾਹੁੰਦੀਆਂ, ਹੋਰ ਵੀ ਕਿਸੇ ਨਾਲ, ਇਕੱਲਾ ਫੁਲਕਾਰੀ ਨਾਲ ਨਹੀਂ, ਹੋਰ ਵੀ ਕਿੱਤੇ ਬਹੁਤ ਸਾਰੇ ਨੇ ਜਿਹੜੀਆਂ ਨਾਲ ਭੈਣਾਂ ਜੁੜਨਾ ਚਾਹੁੰਦੀਆਂ, ਉਹਨਾਂ ਨੂੰ ਇੱਕ ਮੈਸੇਜ ਮੈਸੇਜ ਇਹ ਹੈ ਕਿ ਤੁਸੀਂ ਥੋੜੇ ਤੋਂ ਸ਼ੁਰੂਆਤ ਕਰੋ। ਜੇ ਮੈਂ ਥੋੜੇ ਤੋਂ ਸ਼ੁਰੂਆਤ ਕੀਤੀ ਹੈ ਤੇ ਇੱਥੋਂ ਤੱਕ ਪਹੁੰਚੀ ਹੈ, ਥੋੜੇ ਤੋਂ ਸ਼ੁਰੂਆਤ ਕਰੋ ਤੇ ਹੌਲੀ ਹੌਲੀ ਆਪਣੇ ਘਰਦਿਆਂ ਦੇ ਵਿਸ਼ਵਾਸ ਨਾਲ, ਆਪਣੇ ਘਰਦਿਆਂ ਦੇ ਸਾਥ ਨਾਲ ਅੱਗੇ ਚੱਲੋ, ਕਿਉਂਕਿ ਬਿਨਾਂ ਪਰਿਵਾਰ ਦੇ ਅਸੀਂ ਕਿੰਨਾ ਵੀ ਕਮਾ ਲਈਏ ਅਸੀਂ ਖਾਲੀ ਆ। ਪਰਿਵਾਰ ਦੇ ਨਾਲ ਚੱਲੋ, ਜਿਸ ਤਰ੍ਹਾਂ ਉਹਨਾਂ ਦੀ ਸਹਿਮਤੀ ਹੈ, ਜੇ ਉਹ ਤੁਹਾਨੂੰ ਘਰ ਰਹਿ ਕੇ ਇਜਾਜ਼ਤ ਦਿੰਦੇ ਆ ਘਰ ਰਹਿ ਕੇ ਕਰੋ, ਜੇ ਤੁਸੀਂ ਬਾਹਰ ਰਹਿ ਕੇ ਕਰ ਸਕਦੇ ਹੋ ਬਾਹਰ ਰਹਿ ਕੇ ਕਰੋ, ਉਹਨਾਂ ਦੀ ਸਹਿਮਤੀ ਨਾਲ ਚੱਲੋ ਤੇ ਉਹਨਾਂ ਤੇ ਕੋਈ ਇੰਨਾ ਬਰਡਨ ਨਾ ਪਾਓ ਕਿ ਜ਼ਿੰਦਗੀ ਦੇ ਵਿੱਚ ਉਹ ਤੁਹਾਨੂੰ ਕਹਿਣ ਕਿ ਹਾਂ ਬਈ ਇਹ ਮੇਰੇ ਤੇ ਬੋਝ ਆ। ਕੁੜੀਆਂ ਬੋਝ ਨਹੀਂ ਹੁੰਦੀਆਂ ਕਦੀ ਵੀ, ਮੈਂ ਇਹ ਕਹਿੰਦੀ ਹਾਂ ਕਿ ਉਹ ਆਪਣੇ ਕਰਮ ਲੈ ਕੇ ਆਉਂਦੀਆਂ, ਪਰ ਤੁਸੀਂ ਕੋਸ਼ਿਸ਼ ਕਰੋ ਕਿ ਉਹਨਾਂ ਤੇ ਘੱਟ ਬੋਝ ਬਣਿਆ ਜਾਵੇ ਤੇ ਆਪਣੇ ਆਪ ਤੇ ਇੰਨੀ ਨਿਰਭਰ ਰਹੋ ਕਿ ਤੁਹਾਨੂੰ ਕਦੀ ਵੀ ਕੋਈ ਇਨਸਾਨ
ਫਾਲਤੂ ਨਾ ਸਮਝੇ ਕਿ ਇਹ ਤੇ ਵਿਹਲੀ ਹੈ, ਇਹ ਤੇ ਕੁਛ ਨਹੀਂ ਕਰਦੀ। ਆਪਣੇ ਆਪ ਤੇ ਥੋੜਾ ਥੋੜਾ ਕੋਸ਼ਿਸ਼, ਡੇ ਬਾਏ ਡੇ ਕੁਛ ਸਿੱਖਣ ਦੀ ਕੋਸ਼ਿਸ਼ ਕਰੋ, ਕੁਛ ਕੰਮ ਕਰਨ ਦੀ ਕੋਸ਼ਿਸ਼ ਕਰੋ। ਜਿਹੜੀਆਂ ਭੈਣਾਂ ਤੁਹਾਡੇ ਨਾਲ ਜੁੜਨਾ ਚਾਹੁੰਦੀਆਂ ਹੋਣਗੀਆਂ, ਉਹਨਾਂ ਵਾਸਤੇ ਆਪਣਾ ਕੰਟੈਕਟ ਨੰਬਰ ਛੱਡ ਸਕਦੇ ਹੋ 8056417950154588 ਤੇ ਸਾਡੇ ਨਾਲ ਸੰਪਰਕ ਕਰ ਸਕਦੇ। ਭੈਣ ਜੀ ਨੇ ਇੱਕ ਗੱਲ ਬਹੁਤ ਸੋਹਣੀ ਕੀਤੀ ਆ ਕਿ ਸੈਲਫ ਡਿਫੈਂਸ ਹੋਣਾ ਬਹੁਤ ਜ਼ਰੂਰੀ ਹੈ, ਆਪਣੇ ਵਾਸਤੇ ਜੀਣਾ ਜਿਹੜਾ ਵਾ ਉਹ ਬਹੁਤ ਜ਼ਰੂਰੀ ਹੈ। ਸਾਹ ਦਿਓ ਇੱਕ ਦੂਜੇ ਦਾ, ਕੁੜੀਆਂ ਨੂੰ ਵੀ ਉੱਡਣ ਦਾ ਮੌਕਾ ਦਿਓ, ਇਹ ਨਹੀਂ ਕੁੜੀਆਂ ਨੂੰ ਕਦੇ ਵੀ ਬੋਝ ਨਾ ਸਮਝੋ। ਜਿਹੜੀਆਂ ਭੈਣਾਂ ਜਿਹੜੀਆਂ ਧੀਆਂ ਸਾਡੀਆਂ, ਉਹਨਾਂ ਨੂੰ ਵੀ ਇੱਕ ਮੌਕਾ ਚਾਹੀਦਾ, ਜਿਸ ਤਰ੍ਹਾਂ ਭੈਣ ਨੇ ਆਪਣਾ ਨਾਂ ਬਣਾਇਆ ਅਤੇ ਅੱਜ ਸੈਲੀਬ੍ਰਿਟੀ ਜਿਹੜੇ ਨੇ ਉਹ ਵੀ ਇਹਨਾਂ ਨੂੰ ਕਾਲ ਕਰਕੇ ਕਹਿੰਦੇ ਨੇ ਕਿ ਭੈਣੇ ਸਾਡੇ ਵਾਸਤੇ ਆਹ ਡਿਜ਼ਾਇਨ ਤਿਆਰ ਕਰ ਦਿਓ, ਸਾਨੂੰ ਇਸ ਚੀਜ਼ ਦੀ ਲੋੜ ਹੈ। ਸੋ ਇਹਨਾਂ ਨੇ ਆਪਣੇ ਖੁਦ ਪੈਰਾਂ ਤੇ ਖੜੇ ਹੋ ਕੇ ਦਿਖਾਇਆ ਤੇ ਸਾਡੀ ਅੱਜ ਦੀ ਵੀਡੀਓ ਇਕੱਲਾ ਫੁਲਕਾਰੀ ਦਿਖਾਉਣਾ ਨਹੀਂ ਸੀਗਾ, ਨਾਲ ਇੱਕ ਵੀਡੀਓ ਵਿੱਚ ਮੈਸੇਜ ਵੀ ਦੇਣਾ ਸੀਗਾ ਕਿ ਇੱਕ ਲੜਕੀਆਂ ਨੂੰ ਵੀ ਉੱਡਣ ਦਾ ਮੌਕਾ ਦਿਓ। ਕਹਿੰਦੇ ਨੇ ਕਿ ਉੱਡਣ ਵਾਲੇ ਨੂੰ ਅਸਮਾਨ ਤੇ ਚੱਲਣ ਵਾਲੇ ਨੂੰ ਜ਼ਮੀਨ ਚਾਹੀਦੀ ਹੈ। ਸੋ ਜ਼ਮੀਨ ਜਿਹੜੀ ਜੇਕਰ ਅਸੀਂ ਉਹਨਾਂ ਧੀਆਂ ਨੂੰ ਵੀ ਦੇਵਾਂਗੇ ਜਾਂ ਉਹ ਆਕਾਸ਼ ਅਸੀਂ ਆਪਣੇ ਉਹਨਾਂ ਧੀਆਂ ਨੂੰ ਉੱਡਣ ਵਾਸਤੇ ਦੇਵਾਂਗੇ ਤੇ ਇੱਕ ਨਾ ਇੱਕ ਦਿਨ ਉਹ ਲੰਬੀ ਉਡਾਰੀ ਮਾਰ ਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਨੇ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਕਮੈਂਟ ਕਰਕੇ ਸਾਡੀਆਂ ਗਲਤੀਆਂ ਵੀ ਜ਼ਰੂਰ ਦੱਸਿਓ। ਜੁੜੇ ਰਹੋ ਸਾਡੇ ਨਾਲ ਸੁਰਖਾਬ ਟੀਵੀ। ਧੰਨਵਾਦ।